एक लड़की ते 2-3 लाख रुपए का खर्चा होंदा है। बड़े सियाने होंदे ने, इंटेलीजेंट है बंदे दी, मतलब अख नाल पछाण लैंदे ने कि बंदा की चीज़ है। ਆਪਾਂ ਐਵੇਂ ਨਾ ਖਲਾਰਾ ਪਾ ਕੇ ਬੈਠੇ ਹਾਂ ਕਿ 8-8, 10-10 ਗੱਡੀਆਂ ਨੇ ਸਾਡੇ ਕੋਲ, 5-5, 6-6 ਕੋਠੀਆਂ ਨੇ, ਬੈਂਕ ਬੈਲੈਂਸ ਭਰੇ ਹੋਏ ਆ, ਨਾਲ ਤੇ ਲੈ ਕੇ ਜਾਣਾ ਨਹੀਂ ਕਿਸੇ ਨੇ। ਇਨਸਾਨ ਦੀ ਮਤਲਬ ਜ਼ਰੂਰਤ ਰੱਬ ਪੂਰੀ ਕਰ ਦਿੰਦਾ, ਨੀਅਤ ਕਦੇ ਨਹੀਂ ਭਰਦੀ। ਬਾਰ ਬਾਰ ਡਾਕਟਰ ਐਸ ਪੀ ਸਿੰਘ ਬਰਾਈ ਲੋਕਾਂ ਨੂੰ ਸਮਝਾਉਂਦੇ ਆ ਕਿ ਵਿਦੇਸ਼ਾਂ ਨੂੰ ਬੱਚੇ ਭੇਜਣ ਤੋਂ ਪਹਿਲਾਂ 100 ਵਾਰ ਸੋਚੋ। ਪੰਜਾਬ ਸਰਕਾਰ ਨੂੰ ਪਹਿਲਾਂ ਵੀ ਬੜੀ ਵਾਰੀ ਕਿਹਾ, ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੂੰ ਕਿਹਾ, ਕੋਈ ਅਸਰ ਨਹੀਂ ਹੋਇਆ। ਅੱਜ ਸਾਡੀ ਲੜਾਈ ਜਿਹੜੀ ਏਜੰਟਾਂ ਦੇ ਕਰਕੇ ਹੈ ਮੇਰੀ ਤਾਂ, ਲੇਕਿਨ ਉਹ ਇਹੋ ਜਿਹੇ ਲੋਕ ਨੇ ਕਿਤੇ ਤੁਹਾਨੂੰ ਦਿਖਾਈਏ ਬਈ, ਜਿਨ੍ਹਾਂ ਨੇ ਕਦੀ ਲਾਈਫ 'ਚ ਸੋਚਿਆ ਹੀ ਨਹੀਂ ਸੀਗਾ। ਅਸੀਂ ਮਕਾਨ ਬਣਾ ਕੇ ਚਾਬੀਆਂ ਦਿੰਦੇ ਨਾ ਉਹਨਾਂ ਨੂੰ, ਵੀ ਆਹ ਤੁਹਾਡਾ ਮਕਾਨ ਬਣ ਗਿਆ, ਉਹ ਲੜਕੀਆਂ ਕਹਿੰਦੀਆਂ ਅੰਕਲ ਇਹ ਸਾਡਾ ਮਕਾਨ ਹੈ। ਵਿਧਵਾ ਔਰਤਾਂ ਨੂੰ ਪੈਨਸ਼ਨ ਲਗਵਾ ਕੇ ਦਿੱਤੀ ਜਾਂਦੀ ਹੈ, ਬਹੁਤ ਸਾਰੀਆਂ ਲੜਕੀਆਂ ਦੀ ਮਦਦ ਕੀਤੀ ਜਾਂਦੀ ਹੈ, ਵਿਦੇਸ਼ਾਂ ਦੇ ਵਿੱਚ ਫਸੇ ਹੋਏ ਨੌਜਵਾਨਾਂ ਨੂੰ, ਲੜਕੀਆਂ ਨੂੰ, ਹਰ ਤਰੀਕੇ ਦੇ ਬੰਦੇ ਨੂੰ ਵਾਪਸ ਲੈ ਕੇ ਆਇਆ ਜਾਂਦਾ, ਬਲੱਡ ਮਨੀ ਤੱਕ ਦਿੱਤੀ ਜਾਂਦੀ ਹੈ, ਮੈਡੀਕਲ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ, ਔਰ ਜਦੋਂ ਇਹ ਸਾਰੇ ਕੰਮ ਇੱਕ ਜਣਾ ਕਰਦਾ ਨਾ, ਵਾਕਈ ਸਜਦਾ ਕਰਦਾ ਮਨ। ਔਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਪਹੁੰਚੇ ਨੇ, ਕੌਣ ਨਹੀਂ ਜਾਣਦਾ ਉਹਨਾਂ ਨੂੰ ਦੁਨੀਆ ਦੇ ਵਿੱਚ, ਤੁਸੀਂ ਹਾਈਲਾਈਟਸ ਦੇ ਵਿੱਚ ਤਾਂ ਦੇਖ ਹੀ ਲਿਆ ਹੋਣਾ, ਪਰ ਫਿਰ ਵੀ ਸਵਾਗਤ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਮੈਂ ਵਰੁਣ ਕੌਰ ਮਾਨ, ਪ੍ਰੋਗਰਾਮ ਇੱਕ ਮੁਲਾਕਾਤ, ਅਤੇ ਸਾਡੇ ਨਾਲ ਨੇ ਡਾਕਟਰ ਐਸ ਪੀ ਸਿੰਘ ਉਬਰਾਏ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਜਿਹਨੂੰ ਕਿਤੇ ਪੰਜਾਬ 'ਚ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਨਾ, ਉਹ ਇਹਨਾਂ ਦੇ ਨਾਲ ਸੰਪਰਕ ਕਰਦਾ। ਔਰ ਮੈਂ ਖੁਦ ਗਵਾਹ ਹਾਂ, ਹੋਰ ਵੀ ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਹੋਣਗੇ, ਸਾਡੀਆਂ ਵੀ ਕੁਝ ਗੱਲਾਂ ਹੋਈਆਂ, ਲੋਕਾਂ ਦੀਆਂ ਵੀ ਹੁੰਦੀਆਂ ਹੋਣਗੀਆਂ, ਜਦੋਂ ਇਹਨਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਉਹ ਮਸਲਾ ਯਕੀਨਨ ਹੱਲ ਹੁੰਦਾ। ਔਰ ਮੈਨੂੰ ਯਾਦ ਹੈ ਜਦੋਂ ਤੁਸੀਂ ਡਾਕਟਰ ਐਸ ਪੀ ਸਿੰਘ ਉਬਰਾਏ ਹੋਣਾ ਨੂੰ ਫੋਨ ਕਰਦੇ ਹੋ, ਤੁਹਾਨੂੰ ਬੈਕ ਕਾਲ ਜ਼ਰੂਰ ਆਉਂਦੀ ਹੈ, ਉਹ ਸਾਰੇ ਫੋਨ ਆਪ ਚੱਕਦੇ ਨੇ। ਸੋ ਮੈਨੂੰ ਇੱਦਾਂ ਲੱਗਦਾ ਹੈ ਕਿ ਵਾਕਈ ਕੋਈ ਫਰਿਸ਼ਤਾ ਰੱਬ ਨੇ ਧਰਤੀ 'ਤੇ ਭੇਜ ਦਿੱਤਾ, ਜਿਸ ਦੀਆਂ ਸਰਕਾਰਾਂ ਨੇ ਨਹੀਂ ਸੁਣਨੀਆਂ ਸੀ ਉਹਨਾਂ ਦੀਆਂ ਇਹ ਸੁਣਦੇ ਨੇ। ਸਵਾਗਤ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਲੱਗ ਰਿਹਾ ਸਰ, ਦੁਬਾਰਾ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ। ਥੈਂਕ ਯੂ ਜੀ। ਔਰ ਮੈਨੂੰ ਇੱਦਾਂ ਲੱਗਦਾ ਕਿ ਪ੍ਰੋਗਰਾਮ ਦੀ ਓਪਨਿੰਗ 'ਚ ਟਾਈਮ ਬਹੁਤ ਥੋੜ੍ਹਾ, ਜਿੰਨੇ ਕੰਮ ਤੁਸੀਂ ਕੀਤੇ ਅੱਜ ਤੱਕ, ਹੈ ਨਾ, ਬਹੁਤ ਲੋਕਾਂ ਦੀਆਂ ਉਮੀਦਾਂ ਤੁਹਾਡੇ ਤੋਂ ਹੁੰਦੀਆਂ, ਹਰ ਕਿਸੇ ਦਾ ਫੋਨ ਤੁਸੀਂ ਚੁੱਕਦੇ ਆ, ਵੱਡੇ ਵੱਡੇ ਲੋਕ ਲਾਰੇ ਲਾ ਲਾ ਕੇ ਫੋਨ ਨਹੀਂ ਚੁੱਕਦੇ ਦੁਬਾਰਾ ਦੁਬਾਰਾ, ਹਰ ਕਿਸੇ ਨੂੰ ਤੁਸੀਂ ਦੁਬਾਰਾ ਬੈਕ ਕਾਲ ਆਪ ਕਰਦੇ ਹੋ, ਨਹੀਂ ਤਾਂ ਬੰਦੇ ਨੂੰ ਹੁੰਦਾ ਨਾ ਵੱਡੇ ਬੰਦੇ ਨੂੰ ਫੋਨ ਕੀਤਾ ਮੋਰੇ, ਉਹ ਸੈਕਟਰੀ ਫੋਨ ਚੱਕੂਗਾ, ਕਹੋਗਾ ਨਹੀਂ 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 ਹਲੇ ਸਾਹਿਬ ਬਿਜ਼ੀ ਆ, ਇੱਦਾਂ ਤੁਸੀਂ ਕੁਛ ਨਹੀਂ ਕਰਦੇ, ਤੁਸੀਂ ਡਾਇਰੈਕਟ ਫੋਨ ਚੱਕਦੇ ਹੋ। ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹਦਾ ਰੀਜ਼ਨ ਕੀ ਹੈ ਨਾ ਜੀ, ਲੋਕ ਮੈਨੂੰ ਫੋਨ ਸਵੇਰੇ 5 ਵਜੇ ਵੀ ਕਰਦੇ ਨੇ, 6 ਵਜੇ ਵੀ ਕਰਦੇ ਆ, ਰਾਤ ਨੂੰ 11 ਵਜੇ ਵੀ ਕਰਦੇ ਆ, ਔਰ ਮੈਂ ਫੋਨ ਇਸ ਲਈ ਚੱਕਦਾ ਕਿ ਕੋਈ ਬਹੁਤ ਮਜਬੂਰ ਹੋਏਗਾ ਜਿਹੜਾ ਮੈਨੂੰ ਇਸ ਲਈ ਫੋਨ ਕਰ ਰਿਹਾ, ਅਤੇ ਅਗਰ ਉਹਦੀ ਮਜਬੂਰੀ ਅਸੀਂ ਨਹੀਂ ਸੁਣਾਂਗੇ, ਅਸੀਂ ਫੋਨ ਨਹੀਂ ਚੱਕਾਂਗੇ, ਤਾਂ ਫਿਰ ਕੌਣ ਸੁਣੇਗਾ। ਇਸ ਲਈ ਮੈਂ ਕੋਈ PHA ਨਹੀਂ ਰੱਖਦਾ, ਮੈਂ ਆਪਣੇ ਫੋਨ ਆਪ ਹੀ ਚੱਕਦਾ। ਤੁਹਾਡੀ ਬਿਲਕੁਲ ਗੱਲ ਠੀਕ ਹੈ, ਜੇ ਕਿਤੇ ਫੰਕਸ਼ਨ 'ਚ ਹੋਵਾਂ, ਜਿੰਨੀਆਂ ਮੈਨੂੰ ਮਿਸ ਕਾਲਸ ਆਈਆਂ ਹੋਣਗੀਆਂ, ਹੁਣ ਮੈਂ ਫੋਨ ਬੰਦ ਕੀਤਾ, ਮਿਸ ਕਾਲ ਆ ਜਾਣੀਆਂ ਨੇ, ਫਿਰ ਮੈਂ ਗੱਡੀ 'ਚ ਬਹਿ ਕੇ ਸਾਰਿਆਂ ਨੂੰ ਦੁਬਾਰਾ ਮੈਂ ਕਾਲ ਬੈਕ ਕਰਨੀ ਹੈ। ਹਾਂਜੀ ਬਿਲਕੁਲ, ਮੈਂ ਤਾਂ ਹੀ ਦੱਸਿਆ ਨਾ ਕਿ ਮੈਂ ਸਭ ਤੋਂ ਵੱਡੀ ਗਵਾਹ ਹਾਂ ਜਿਨ੍ਹਾਂ ਨੂੰ ਤੁਸੀਂ ਦੁਬਾਰਾ ਫੋਨ ਕੀਤਾ। ਔਰ ਸਰਬੱਤ ਦਾ ਭਲਾ, ਆਪਾਂ ਨੂੰ ਤਾਂ ਇੰਨਾ ਹੀ ਪਤਾ, ਬਚਪਨ ਤੋਂ ਇੰਨਾ ਹੀ ਸਿੱਖਿਆ ਕਿ ਸਰਬੱਤ ਦਾ ਭਲਾ ਆਪਾਂ ਨੂੰ ਸਿਖਾ ਦਿੱਤਾ ਗਿਆ ਕਿ, ਹੈ ਨਾ, ਅਸੀਂ ਸਾਰੇ ਸੰਸਾਰ ਦਾ ਭਲਾ ਮੰਗਣਾ, ਪਰ ਤੁਸੀਂ ਇਸ ਟਰੱਸਟ ਦਾ ਨਾਮ ਇੱਦਾਂ ਕਿੱਦਾਂ ਰੱਖ ਲਿਆ ਫਿਰ ਇਹ? ਦੇਖੋ ਆਪਾਂ ਅਰਦਾਸ ਕਰਦੇ ਹਾਂ ਰੋਜ਼, ਬਿਲਕੁਲ, ਸਰਬੱਤ ਦਾ ਭਲਾ ਉਹ ਚਾਹੁੰਦਾ ਹੀ ਹੈ, ਬਿਲਕੁਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮਤਲਬ ਸਾਰਿਆਂ ਦਾ ਭਲਾ, ਇਹ 'ਚ ਕੋਈ ਊਚ ਨੀਚ ਨਹੀਂ ਹੈ, ਜਾਤ ਪਾਤ ਨਹੀਂ ਦੇਖੀ ਜਾਂਦੀ, ਕੋਈ ਏਰੀਆ ਨਹੀਂ ਦੇਖਿਆ ਜਾਂਦਾ, ਕਦੀ ਅਸੀਂ ਅੱਜ ਤੱਕ ਨਹੀਂ ਦੇਖਿਆ ਕਿ ਹਿੰਦੂ ਹੈ, ਸਿੱਖ ਹੈ, ਮੁਸਲਿਮ, ਈਸਾਈ, ਜੈਨੀ, ਬੁੱਧੀ, ਕਿਹੜਾ ਧਰਮ ਹੈ ਇਹਦਾ। ਹੁਣ ਜਿਸ ਵੇਲੇ ਉੱਥੇ ਬਾਹਰ ਮੈਂ ਦੁਬਈ 'ਚ ਸਪੋਜ਼ ਜਿੱਦਾਂ ਅਸੀਂ ਡੈਥ ਪੈਨਲਟੀਆਂ ਹੋਈਆਂ ਮਾਫ਼ ਕਰਾਈਆਂ, ਮੈਂ ਕਦੀ ਨਹੀਂ ਦੇਖਿਆ ਅੱਜ ਤੱਕ ਕਿ ਕਿਹੜਾ ਇਨਸਾਨ ਮੈਨੂੰ ਅਪਰੋਚ ਕਰ ਰਿਹਾ। ਜਿਹਨੇ ਵੀ ਅਪਰੋਚ ਕੀਤੀ, ਮੈਂ ਬਲੱਡ ਮਨੀ ਵੀ ਜੇਬ 'ਚੋਂ ਦਿੱਤੀ, ਬਿਲਕੁਲ, ਅਤੇ ਇਹ ਵੀ ਨਹੀਂ ਦੇਖਿਆ ਕੋਈ ਪਾਕਿਸਤਾਨ ਦੇ ਨੇ ਜਾਂ ਬੰਗਲਾਦੇਸ਼ ਦੇ ਨੇ ਜਾਂ ਨੇਪਾਲ ਦੇ ਆ ਜਾਂ ਪੰਜਾਬ ਦੇ ਨੇ, ਹਰਿਆਣਾ ਜਾਂ ਕਿਸੇ ਵੀ ਸਟੇਟ ਦੇ ਬੰਦੇ ਜਾਂ ਕਿਸੇ ਕੰਟਰੀ ਦੇ ਬੰਦੇ ਆ, ਅਸੀਂ ਰੱਖਿਆ ਨਹੀਂ ਕਦੀ। ਇਹ ਜਦੋਂ ਆਪਾਂ ਇਹ ਟਰੱਸਟ ਬਣਾਉਣਾ ਸੀ ਅਸੀਂ, ਅਤੇ ਉਦੋਂ ਦੁਬਈ ਪਹਿਲਾਂ ਸ਼ੁਰੂ ਹੋਇਆ ਸੀ ਇਹ 2010 ਦੇ ਵਿੱਚ, ਅਤੇ ਇੱਥੇ ਜਿਹੜਾ ਕਾਇਮ ਕੀਤਾ ਗਿਆ 2012 'ਚ ਕਾਇਮ ਕੀਤਾ ਗਿਆ, 26 ਅਗਸਤ 2012 ਨੂੰ, ਸੋ ਆ ਪਿੱਛੇ ਸਾਨੂੰ 10 ਸਾਲ ਹੋਏ ਨੇ, 11ਵਾਂ ਸਾਲ ਲੱਗਿਆ। ਅਤੇ ਉਦੋਂ ਅਸੀਂ ਸਾਰੇ 3-4 ਬੰਦੇ ਬੈਠੇ ਸੀ ਕਿ ਨਾਂ ਕੀ ਰੱਖੀਏ, ਅਤੇ ਇੱਦਾਂ ਹੀ ਮੇਰੇ ਮੂੰਹ 'ਚੋਂ ਨਿਕਲ ਗਿਆ, ਮੈਂ ਕਿਹਾ ਯਾਰ ਨਾਂ ਹੈ ਰੱਖੇ ਜਿਹਦਾ ਨਾ ਸਾਰਿਆਂ ਦਾ ਭਲਾ ਹੋਵੇ, ਅਤੇ ਉਹ ਫਿਰ ਆ ਗਈ ਸਾਰਿਆਂ ਦਾ ਭਲਾ ਮੀਨ ਸਰਬੱਤ ਦਾ ਭਲਾ, ਅਤੇ ਉਹ ਫਿਰ ਨਾਮ ਸਰਬੱਤ ਦਾ ਭਲਾ ਰੱਖ ਦਿੱਤਾ ਗਿਆ।
ਸਰਬੱਤ ਦਾ ਭਲਾ ਟਰੱਸਟ ਹੁਣ ਆਪਣੇ 11ਵੇਂ ਸਾਲ ਦੇ ਵਿੱਚ ਜਾ ਚੁੱਕਿਆ, 10 ਸਾਲ ਹੋ ਗਏ ਇਸ ਨੂੰ ਕੰਮ ਕਰਦਿਆਂ, ਹੈ ਨਾ, ਬਹੁਤ ਸਾਰੇ ਕੰਮ ਤੁਸੀਂ ਕਰ ਰਹੇ ਹੋ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਜੇ ਕਿਸੇ ਅਣਜਾਣ ਬੰਦੇ ਨੂੰ ਹੱਲੇ ਵੀ ਨਾ ਪਤਾ ਹੋਵੇ ਕਿ ਉਹ ਤੁਹਾਡੇ ਤੱਕ ਕਿਵੇਂ ਅਪਰੋਚ ਕਰੇ, ਇਹ ਕਿਵੇਂ ਕੰਮ ਕਰਦਾ, ਉਹ ਕਿੱਥੇ ਸੰਪਰਕ ਕਰਨ? ਦੇਖੋ, ਅੱਜ ਸਟਾਰਟਿੰਗ ਦੀ ਗੱਲ ਹੋਰ ਸੀ, ਲੇਕਿਨ ਅੱਜ ਕੀ ਕਿ ਅੱਜ ਸਾਡੇ ਪੰਜਾਬ ਦੇ ਵਿੱਚ 30 ਆਫਿਸ ਹੈ ਜੀ, 1400-1500 ਸਾਡੇ ਮੈਂਬਰ ਹੈ, ਅਤੇ ਤਕਰੀਬਨ ਜਿੰਨੇ ਕੁ ਬੰਦੇ ਬਾਹਰੋਂ ਛੁੱਟ ਕੇ ਆਏ ਨੇ, ਟੋਟਲ ਅਗਰ ਗਿਣਤੀ ਕਰਨ ਲੱਗੀਏ ਨਾ ਅਸੀਂ, ਤਾਂ 119 ਬੰਦੇ ਤਾਂ ਫਾਂਸੀਆਂ ਮਾਫ਼ ਹੋਈਆਂ। ਉਹਨਾਂ ਦੇ ਪਿੰਡਾਂ ਵਿੱਚੋਂ ਹੁਣ ਇੱਕ ਇੱਕ ਪਿੰਡ 'ਚ ਜਿਹੜੇ ਵੀ ਬੰਦੇ ਫਾਂਸੀ ਮਾਫ਼ ਹੋ ਗਏ ਲੈ ਕੇ ਆਏ, ਉਹ ਸਾਰਾ ਪਿੰਡ ਜਾਣਦਾ ਕਿ ਸਰਬੱਤ ਦਾ ਬੜਾ ਟਰੱਸਟ ਹੈ ਕੋਈ। ਬਿਲਕੁਲ। ਜੇ ਕਿਸੇ ਡੈੱਡ ਬੋਡੀਆਂ ਆਈਆਂ ਨੇ, ਅਤੇ ਹੁਣ ਤੱਕ 320 ਡੈੱਡ ਬੋਡੀਆਂ ਆ ਚੁੱਕੀਆਂ ਨੇ। ਹੁਣ ਜਿਹੜੇ ਪਿੰਡ 'ਚ ਡੈੱਡ ਬੋਡੀ ਅਸੀਂ ਲੈ ਕੇ ਆ ਕੇ ਸੰਸਕਾਰ ਕਰਾਂਗੇ, ਸਾਡੇ ਟੀਮਾਂ ਜਾਣਗੀਆਂ, ਉਹ ਸਾਰੇ ਪਿੰਡਾਂ ਨੂੰ ਪਤਾ ਲੱਗਦਾ ਕਿ ਵੀ ਸਰਬੱਤ ਦਾ ਪਹਿਲਾ ਕੋਈ ਹੈ। ਇਸ ਤੋਂ ਇਲਾਵਾ ਕੁਝ ਸਾਡੇ 1100-1200 ਬੱਚੇ ਉਹ ਸੀ ਜਿਹਨਾਂ ਦੀਆਂ ਸਜ਼ਾਵਾਂ ਖਤਮ ਹੋ ਚੁੱਕੀਆਂ ਸੀ। ਸਜ਼ਾ ਮਿਲੀ ਸੀ 3-3, 4-4 ਮਹੀਨੇ ਦੀ, ਲੇਕਿਨ ਉਹ 4-4, 5-5 ਸਾਲ ਤੋਂ ਅੰਦਰ ਬੈਠੇ ਸੀ, ਉਹ ਨਹੀਂ ਸੀ ਛੁੱਟ ਰਹੇ। ਉਹ ਫਿਰ ਮੈਂ ਸਰਕਾਰ ਨਾਲ ਮਿਲ ਕੇ ਟਿਕਟਾਂ ਸਾਰੀਆਂ ਮੈਂ ਖਰਚੀਆਂ ਆਪਣੇ ਕੋਲੋਂ, ਅਤੇ ਟੈਂਪਰੇਰੀ ਪਾਸ ਬਣਾ ਕੇ, ਆਊਟ ਪਾਸ ਬਣਾ ਕੇ ਗੌਰਮੈਂਟ ਤੋਂ ਉਹ ਬੱਚੇ ਘਰ ਭੇਜੇ। ਹੁਣ ਉਹ ਵੀ ਸਾਰੇ ਪੰਜਾਬ ਦੇ ਪਿੰਡਾਂ ਦੇ ਬੱਚੇ ਆ। ਸੋ ਇਸ ਤਰੀਕੇ ਨਾਲ ਹਰ ਕਿਸੇ ਨੂੰ ਪਤਾ ਹੈ। ਦੂਜਾ, ਸਾਡੀਆਂ ਹੋਰ ਹੁਣ ਸਾਡੀਆਂ ਜਿੱਦਾਂ ਲੈਬੋਰਟਰੀਜ਼ ਖੁੱਲ੍ਹ ਰਹੀਆਂ, ਸਾਰੇ ਕੁਛ ਹੋ ਰਿਹਾ ਨਾ ਜੀ, ਅਤੇ ਉਹ ਇੱਕ ਪੰਫਲੇਟ ਜੇ ਬਣਾਏ ਨੇ, ਉਹ ਜਾਂਦੇ ਨੇ ਇੱਕ ਤੋਂ ਦੂਸਰੇ ਬੰਦੇ ਨੂੰ, ਅਤੇ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ। ਕਿਸੇ ਨੂੰ ਕੋਈ ਹੁੰਦੀ ਤਾਂ ਮੈਨੂੰ ਫੋਨ ਕਰਦੇ ਆ, ਨੈੱਟ 'ਤੇ ਚਲੇ ਜਾਂਦੇ ਨੇ, ਨੈੱਟ 'ਤੇ ਮੇਰਾ ਨੰਬਰ ਪਿਆ ਹੋਇਆ। ਬਿਲਕੁਲ ਬਿਲਕੁਲ। ਹਾਲਾਂਕਿ ਪਰੇਸ਼ਾਨੀ ਬਹੁਤ ਹੁੰਦੀ ਮੈਨੂੰ ਕਿ ਸਾਰਾ ਦਿਨ ਮੈਂ ਫੋਨ 'ਤੇ ਰਹਿੰਦਾ, ਪਰ ਅੱਛੀ ਗੱਲ ਹੈ ਕਿ ਉਹਨਾਂ ਨੂੰ ਇੱਕ ਨੰਬਰ ਮਿਲ ਜਾਂਦਾ, ਜੇ ਹੋਰ ਫੋਨ ਨਾ ਵੀ ਚੱਕੇ ਉਹਨੂੰ ਪਤਾ ਵੀ ਇਹਨੇ ਚੱਕਣਾ ਚੱਕਣਾ ਫੋਨ, ਅਤੇ ਇਸ ਤਰੀਕੇ ਨਾਲ ਬੜਾ ਈਜ਼ੀ ਹੈ। ਸਾਡੀਆਂ ਲੈਬੋਰਟਰੀਆਂ ਜਾਂਦੇ ਨੇ, ਸਾਡੇ ਆਫਿਸ ਜਾਂਦੇ ਨੇ, ਵਿਡੋ ਪੈਨਸ਼ਨ, ਕਈ ਸਕੀਮਾਂ ਸਾਡੀਆਂ ਚੱਲ ਰਹੀਆਂ ਨੇ, ਸਾਡੀਆਂ 34-35 ਸਕੀਮਾਂ ਜਿਹੜੀਆਂ ਇਸ ਲਈ ਅਸੀਂ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਮੇਰਾ ਤਾਂ ਖਿਆਲ ਹੈ ਅਸੀਂ ਕੋਈ ਫੀਲਡ ਛੱਡਿਆ ਨਹੀਂ ਹੈ ਤਕਰੀਬਨ ਹਰ ਫੀਲਡ 'ਤੇ, ਲੇਕਿਨ ਕੰਮ ਮੁੱਕਦਾ ਨਹੀਂ ਹੈ ਮਾਨ ਸਾਹਿਬ। ਉਹ ਬਿਲਕੁਲ, ਜਿਹੜੇ ਵੀ ਕੋਰਨਰ ਮੈਂ ਚਲਾ ਜਾਂਦਾ ਨਾ ਜੀ, ਉਸ ਕੋਰਨਰ 'ਚ ਸਾਨੂੰ ਕੁਛ ਨਾ ਕੁਛ ਲੱਭ ਜਾਂਦਾ ਕਿ ਇੱਥੇ ਕੁਛ ਨਾ ਕੁਛ ਕਰਨ ਵਾਲਾ ਹੈਗਾ। ਉਹੀ ਹਰ ਦੇਸ਼, ਹਰ ਜਾਤ, ਹਰ ਧਰਮ, ਇੱਕ ਇਨਸਾਨ ਦੀ ਸਹੀ ਪਰਖ ਤੁਸੀਂ ਕੀਤੀ ਹੈ ਕਿ ਇਨਸਾਨੀਅਤ ਕਿਹਨੂੰ ਕਹਿੰਦੇ ਆ, ਔਰ ਇਨਸਾਨਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਹੁੰਦੀ ਹੈ, ਹੈ ਨਾ। ਇੱਕ ਗੱਲ ਸਾਰੇ ਸੋਚਦੇ ਹੈ ਭਾਈ ਕੀ ਗੱਲ ਹੈ, ਇਹ ਲੋਕ ਤਾਂ ਮਸੀ ਪੈਸਾ ਕਮਾਉਂਦੇ ਆ, ਹੈ ਸਾਰੀ ਉਮਰ ਲੱਗ ਜਾਂਦੀ ਜੋੜਦਿਆਂ ਨੂੰ, ਹੀਰੇ ਜਵਾਹਰਤ ਬਣਾਉਣੇ, ਜੇ ਬਣਾਉਣਾ, ਵੋ ਬਣਾਉਣਾ, ਇੰਨੀਆਂ ਪ੍ਰੋਪਰਟੀਆਂ ਖਰੀਦ ਕੇ ਵੀ ਲੋਕ ਚੰਨ ਤੱਕ ਜ਼ਮੀਨ ਲੈਣ ਲੱਗ ਜਾਂਦੇ ਆ। ਆਖਿਰ ਕਿਉਂ ਡਾਕਟਰ ਐਸ ਪੀ ਓਬਰਾਏ ਆਪਣੀ ਕਮਾਈ ਦਾ ਮੇਰੇ ਹਿਸਾਬ ਨਾਲ 97-98% ਲਾਈ ਜਾਂਦੇ ਆ ਦਾਨ 'ਤੇ? ਦੇਖੋ, ਕਹਿਣਾ ਬੜਾ ਸੌਖਾ ਹੈ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜਾ ਹਰ ਬੰਦਾ ਪੈਸਾ ਕਮਾਉਂਦਾ, ਮੈਂ ਵੀ ਕਮਾਇਆ, ਐਸੀ ਗੱਲ ਨਹੀਂ ਹੈ, 55 ਸਾਲ ਦੀ ਉਮਰ ਤੱਕ ਮੈਂ ਵੀ ਕਮਾਇਆ ਜੀ। ਹੁਣ ਪਿਛਲੇ 12 ਸਾਲ ਤੋਂ ਮੈਂ ਲੱਗਾ ਕਿ ਵੀ ਨਹੀਂ, ਹੁਣ ਬਹੁਤ ਕਮਾ ਲਿਆ, ਹੁਣ ਸਮਾਜ ਨੂੰ ਵਾਪਸ ਕਰੀਏ। ਇਹ ਟਾਈਮ ਹਰ ਕਿਸੇ 'ਤੇ ਆਉਂਦਾ, ਲੇਕਿਨ ਜਦ ਤੱਕ ਵਾਹਿਗੁਰੂ ਦੀ ਮਿਹਰ ਨਹੀਂ ਹੋਣੀ ਨਾ ਜੀ, ਤਾਂ ਆਪਾਂ ਕੁਛ ਨਹੀਂ ਕਰ ਸਕਦੇ। ਆ ਜੇਬ ਦੇਖਿਆ ਨਾ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਜੇਬ ਇਸ ਪਾਸੇ ਦਿੱਤੀ ਰੱਬ ਨੇ, ਦਿਲ ਵੀ ਇੱਥੇ ਦਿੱਤਾ। ਸੋ ਉਹ ਜਿਸਲੇ ਅਸੀਂ ਕੋਈ ਪੈਸਾ ਕੱਢਣ ਲੱਗਦੇ ਨਾ ਕਿ ਆ ਨਹੀਂ ਜੀ ਆ ਦੇਣਾ ਕਿਸੇ ਨੂੰ, ਉਹ ਦਿਲ ਉਸ ਵੇਲੇ ਫੜ ਲੈਂਦਾ, ਕੋਈ ਰਹਿਣ ਦਿਓ, ਬੜਾ ਮੁਸ਼ਕਲ ਕਮਾਇਆ ਅਤੇ ਨਹੀਂ ਦੇਣਾ। ਸੋ ਨਹੀਂ ਦੇਣ ਦਿੰਦਾ ਦਿਲ ਇਹ। ਲੇਕਿਨ ਦੂਸਰੀ ਗੱਲ ਇਹ ਵੀ ਹੈ ਕਿ ਜਿਸ ਵੇਲੇ ਤੁਸੀਂ ਪੈਸਾ ਕੱਢ ਕੇ ਕਿਸੇ ਇਸੇ ਕੰਮ 'ਤੇ ਲਾ ਦਿੰਦੇ ਹੋ, ਕਿਸੇ ਅੱਛੇ ਕੰਮ 'ਤੇ ਲਾਉਂਦੇ ਹੋ, ਤੁਹਾਡਾ ਦਿਲ ਵੀ ਸਮਝ ਜਾਂਦਾ ਕਿ ਨਹੀਂ ਵੀ ਮੈਂ ਰੋਕਣਾ ਨਹੀਂ ਇਹਨੂੰ, ਬਈ ਇਹ ਪੈਸਾ ਬਹੁਤ ਸਹੀ ਜਗ੍ਹਾ ਲੱਗ ਰਿਹਾ, ਕਿਸੇ ਭੁੱਖੇ ਦੇ ਮੂੰਹ 'ਚ ਰੋਟੀ ਪੈ ਰਹੀ ਹੈ, ਐਜੂਕੇਸ਼ਨ ਲਈ ਕਿਸੇ ਐਜੂਕੇਸ਼ਨ ਦੀ ਟਾਈਪ ਦੇ ਵਿੱਚ ਅਸੀਂ ਉਹਦੀ ਉਹ ਹੈਲਪ ਕਰ ਰਹੇ ਹਾਂ, ਮੈਡੀਕਲੀ ਕਰ ਰਹੇ ਹਾਂ। ਸੋ ਇਹ ਚੀਜ਼ਾਂ ਜਿਸ ਵੇਲੇ ਦਿਲ ਸਮਝ ਜਾਂਦਾ ਨਾ, ਫਿਰ ਇਹ ਰੋਕਦਾ ਨਹੀਂ ਹੈ। ਅਤੇ ਇਸ ਲਈ ਦੂਜਿਆਂ ਸਾਡੀਆਂ ਲੋੜਾਂ ਇੰਨੀਆਂ ਹੈ ਨਹੀਂ, ਆਪਾਂ ਐਵੇਂ ਨਾ ਖਲਾਰਾ ਪਾ ਕੇ ਬੈਠੇ ਹਾਂ ਕਿ 8-8, 10-10 ਗੱਡੀਆਂ ਨੇ ਸਾਡੇ ਕੋਲ, 5-5, 6-6 ਕੋਠੀਆਂ ਨੇ, ਬੈਂਕ ਬੈਲੈਂਸ ਭਰੇ ਹੋਏ ਆ, ਨਾਲ ਤਾਂ ਲੈ ਕੇ ਜਾਣਾ ਨਹੀਂ ਕਿਸੇ ਨੇ, ਇਹ ਪਤਾ ਸਭ ਨੂੰ ਹੈ, ਲੇਕਿਨ ਫਿਰ ਵੀ ਜਿਹੜੀ ਸਾਡੀ ਹੱਕ ਦੀ ਕਮਾਈ ਹੁੰਦੀ, ਖਰਚਣ ਲੱਗਿਆਂ ਤਕਲੀਫ ਹੁੰਦੀ ਹੈ, ਬੰਦਾ ਨਹੀਂ ਕੱਢਦਾ, ਪਰ ਜਦੋਂ ਰੱਬ ਦੀ ਮਿਹਰ ਹੋਵੇ ਨਿਕਲ ਜਾਂਦੇ ਨੇ। ਮੈਂ ਵੀ ਜਦੋਂ ਸ਼ੁਰੂ ਕੀਤਾ ਤਾਂ ਮੇਰੇ ਘਰਦਿਆਂ ਨੇ ਥੋੜ੍ਹਾ ਜਿਹਾ ਵਿਰੋਧ ਸੀਗਾ, ਲੇਕਿਨ ਆਹਿਸਤਾ ਆਹਿਸਤਾ ਜਿਹੜੇ ਉਹਨੂੰ ਪਤਾ ਲੱਗਿਆ ਕਿ ਨਹੀਂ ਇਹ ਤਾਂ ਬੜੇ ਅੱਛੇ ਕੰਮ 'ਚ ਜਾ ਰਿਹਾ। ਬਿਲਕੁਲ, ਮੈਂ ਦੇਖੀ ਸੀ ਤੁਹਾਡੇ ਮਿਸਿਸ ਦੇ ਇੰਟਰਵਿਊ, ਉਹ ਕਹਿੰਦੇ ਪਹਿਲਾਂ ਮੈਨੂੰ ਬਹੁਤ ਖਿੱਚ ਚੜ੍ਹਦੀ ਹੁੰਦੀ ਸੀ, ਹੁਣ ਅਸੀਂ ਗਿੱਜ ਗਏ ਹੋਏ ਹਾਂ, ਸਾਨੂੰ ਪਤਾ ਹੁਣ ਤਾਂ ਰੋਕਦੇ ਹੀ ਨਹੀਂ ਜੀ ਮੈਨੂੰ। ਮੈਂ ਸਾਰਾ ਦਿਨ ਦੇਖੋ, ਸਵੇਰੇ ਮੈਂ 5-5:30-6 ਨਿਕਲ ਜਾਂਦਾ, ਰਾਤ ਨੂੰ ਕਦੀ 10 ਕਦੀ 11 ਘਰ ਜਾ ਰਿਹਾ, ਕਦੀ ਥਕਾਵਟ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਔਰ ਫਿਰ ਅਗਲੇ ਦਿਨ ਲਈ ਤਿਆਰ ਹੁੰਦੇ ਹਾਂ ਕਿ ਨਹੀਂ ਹੁਣ ਕੱਲ੍ਹ ਕੀ ਕਰਨਾ। ਬਿਲਕੁਲ। ਸੋ ਇਹ ਕਿਸਮ ਦਾ ਭੋਸੀ ਪੈ ਗਿਆ ਹੋਇਆ ਜਿੱਦਾਂ ਨਾ ਜੀ, ਕਿ ਕੁਛ ਕਰਨਾ ਹੈ, ਨਹੀਂ ਕਰਦੇ ਤਾਂ ਫਿਰ ਮਹਿਸੂਸ ਹੁੰਦਾ ਵੀ ਯਾਰ ਅੱਜ ਕੀਤਾ ਕਿ ਆਪਾਂ ਕੁਛ ਵੀ ਨਹੀਂ ਕੀਤਾ ਅੱਜ। ਬਿਲਕੁਲ। ਬਾਕੀ ਜਿਹੜੀ ਤੁਸੀਂ ਕਮਾਈ ਦੀ ਗੱਲ ਕੀਤੀ ਹੈ ਨਾ ਜੀ, ਮੈਂ ਸਾਰਾ ਕੈਲਕੂਲੇਟ ਕੀਤਾ ਕਿ ਮੇਰੀ ਪਰਸਨਲ ਲੋੜਾਂ, ਮੇਰੀਆਂ, ਮੇਰੀ ਫੈਮਿਲੀ ਦੀਆਂ ਮੇਰੀਆਂ ਲੋੜੀਆਂ ਜਿਹੜੀਆਂ 1.5% ਤੋਂ ਉੱਤੇ ਨਹੀਂ ਹੈਗੀਆਂ।
ਬਹੁਤ ਖੂਬ ਬਹੁਤ ਐਵੇਂ ਅਸੀਂ 98-99% ਅਸੀਂ ਜੱਫਾ ਪਾ ਕੇ ਬੈਠੇ ਰਹੀਏ ਬੇਵਕੂਫੀ ਆ। ਕਹਿੰਦੇ ਨਾ ਕਿ ਸਾਈਕਲ ਮਤਲਬ ਸਾਈਕਲ ਵਾਲਾ ਸਕੂਟਰ ਨੂੰ ਦੇਖਦਾ, ਸਕੂਟਰ ਵਾਲਾ ਗੱਡੀ ਨੂੰ ਦੇਖਦਾ, ਗੱਡੀ ਵਾਲਾ ਵੱਡੀ ਗੱਡੀ ਨੂੰ ਦੇਖਦਾ, ਵੱਡੀ ਗੱਡੀ ਵਾਲਾ ਪ੍ਰਾਈਵੇਟ ਜੈੱਟ ਨੂੰ ਦੇਖਦਾ। ਇਨਸਾਨ ਦੀ ਮਤਲਬ ਜ਼ਰੂਰਤ ਰੱਬ ਪੂਰੀ ਕਰ ਦਿੰਦਾ, ਨੀਅਤ ਕਦੇ ਨਹੀਂ ਭਰਦੀ। ਇੱਕ ਸਵਾਲ ਖਾਸ, ਬਾਰ ਬਾਰ ਡਾਕਟਰ ਐਸ ਪੀ ਸਿੰਘ ਬਰਾਏ ਲੋਕਾਂ ਨੂੰ ਸਮਝਾਉਂਦੇ ਆ ਕਿ ਵਿਦੇਸ਼ਾਂ ਨੂੰ ਬੱਚੇ ਭੇਜਣ ਤੋਂ ਪਹਿਲਾਂ 100 ਵਾਰ ਸੋਚੋ। ਬਹੁਤ ਸਾਰੇ ਬੱਚਿਆਂ ਨੂੰ ਤੁਸੀਂ ਵਿਦੇਸ਼ਾਂ 'ਚੋਂ ਛਡਾ ਕੇ ਵੀ ਲੈ ਕੇ ਆਏ, ਹੁਣ ਕਿੰਨੀਆਂ ਲੜਕੀਆਂ ਸਾਡੀਆਂ ਉੱਧਰ ਫਸੀਆਂ ਹੋਈਆਂ ਨੇ। ਸ਼ਾਇਦ ਮਜਬੂਰੀ ਇੰਨੀ ਆ ਕਿ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਬੱਚੇ ਅਸੀਂ ਉੱਧਰ ਭੇਜੀ ਜਾ ਰਹੇ ਹਾਂ, ਔਰ ਫਿਰ ਜਦੋਂ ਕਿਸੇ ਨੂੰ ਆਸਰਾ ਨਹੀਂ ਲੱਭਦਾ ਤਾਂ ਆਪਣੇ ਬੱਚੇ ਛਡਾਉਣ ਦੇ ਲਈ ਡਾਕਟਰ ਐਸ ਪੀ ਸਿੰਘ ਬਰਾਏ ਹੋਣਾਂ ਦਾ ਫੋਨ ਖੜਕਦਾ। ਦੇਖੋ ਇਹਦੇ ਬਾਰੇ 'ਚ ਮੈਂ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਬੜੀ ਵਾਰੀ ਕਿਹਾ, ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੂੰ ਕਿਹਾ, ਕੋਈ ਅਸਰ ਨਹੀਂ ਹੋਇਆ। ਹੁਣ ਮੈਂ ਸੈਂਟਰ 'ਚ ਵੀ ਮੇਰੀ ਗੱਲਬਾਤ ਚੱਲ ਰਹੀ ਹੈ, ਗੱਲਬਾਤ ਚੱਲ ਕੀ ਰਹੀ ਹੈ, ਅਸਰ ਹੋਇਆ ਉਹਨਾਂ ਦੇ ਉੱਤੇ, ਉਹ ਹੈਲਪ ਕਰ ਰਹੇ ਇਸ ਲਈ। ਲੇਕਿਨ ਦੁੱਖ ਇਸ ਗੱਲ ਦਾ ਹੁੰਦਾ ਕਿ ਸਾਡੀਆਂ ਜਿਹੜੀਆਂ ਫੈਮਿਲੀ ਮੈਂਬਰਸ ਹੈ, ਜਿਹੜੇ ਪੇਰੈਂਟਸ ਨੇ ਉਹਨਾਂ ਬੱਚਿਆਂ ਦੇ, ਉਹ ਨਹੀਂ ਸਮਝਦੇ, ਉਹ ਲੁਕੋ ਰੱਖਦੇ ਨੇ, ਪੁੱਛਦੇ ਨੇ, ਕਿਸੇ ਨੂੰ ਦੱਸਦੇ ਨਹੀਂ, ਆਪਣੀ ਜਵਾਨ ਕੁੜੀਆਂ ਨੂੰ ਉਹ ਭੇਜ ਦਿੰਦੇ ਨੇ ਏਜੰਟ ਦੇ ਆ ਕੇ। ਏਜੰਟ ਇਹੋ ਜਿਹੇ ਝਾਂਸੇ 'ਚ ਫਸਾਉਂਦੇ ਨੇ। ਅੱਜ ਸਾਡੀ ਲੜਾਈ ਜਿਹੜੀ ਏਜੰਟਾਂ ਦੇ ਕਰਕੇ ਹੈ, ਮੇਰੀ ਤਾਂ ਜੀ ਮੇਰੀ ਪੇਰੈਂਟਸ ਨਾਲ ਨਹੀਂ ਹੈ, ਮੇਰੀ ਏਜੰਟਾਂ ਨਾਲ ਹੈ, ਕਿ ਏਜੰਟਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਇੱਕ ਜਵਾਨ ਲੜਕੀ ਜਿਹੜੀ 18-20 ਸਾਲ ਦੀ ਨੂੰ ਤੁਸੀਂ ਲਿਜਾ ਰਹੇ ਹੋ, ਲਿਜਾ ਕੇ ਉੱਥੇ ਤੁਸੀਂ ਉਹਨੂੰ ਇਲੀਗਲ ਕਰ ਦਿੰਦੇ ਹੋ, ਫਿਰ ਉਹਨੂੰ ਕਿਸੇ ਕੋਲ ਵੇਚ ਦਿੰਦੇ ਹੋ, ਮਤਲਬ ਕਿਸੇ ਨੂੰ ਦੇ ਦਿੰਦੇ ਹੋ, ਉੱਥੋਂ ਦੇ ਲੋਕਲ ਜ਼ਿਮੀਂਦਾਰਾਂ ਨੂੰ ਦੇ ਦਿੰਦੇ ਹੋ, ਅਤੇ ਇਹ ਤਾਂ ਇਲੀਗਲ ਹੁੰਦੀ ਹੈ। ਹੁਣ ਜਿਹੜੇ ਜ਼ਿਮੀਂਦਾਰ ਲੈਂਦੇ ਨੇ ਜਾਂ ਉੱਥੋਂ ਦੇ ਜਿਹੜੇ ਲੋਕਲਸ ਲੈਂਦੇ ਨੇ, ਉਹਨਾਂ ਦਾ ਬਿਲਕੁਲ ਕਸੂਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਤਾਂ ਕੰਮ ਕਰਨ ਲਈ ਲੜਕੀਆਂ ਚਾਹੀਦੀਆਂ ਨੇ, ਬਿਲਕੁਲ ਠੀਕ ਹੈ। ਔਰ ਦੂਜਾ ਜਿਹੜੀ ਇਲੀਗਲ ਲੜਕੀ ਆ, ਉਹਨੂੰ ਉਹ ਲੀਗਲ ਕਰਦੇ ਆ, ਉੱਥੇ ਖਰਚਾ ਕਰਦੇ ਨੇ, ਉਹਦਾ ਵੀਜ਼ਾ ਲਵਾਉਂਦੇ ਨੇ, ਫਿਰ ਉਹਨਾਂ ਨੂੰ ਸੈਲਰੀ ਵੀ ਦਿੰਦੇ ਨੇ, ਅਕੋਮੋਡੇਸ਼ਨ ਦਿੰਦੇ ਨੇ, ਖਾਣਾ ਦਿੰਦੇ ਆ, ਉਹ ਤਾਂ ਲੀਗਲ ਕਰਦੇ ਆ। ਲੇਕਿਨ ਇਹ ਕਿ ਲੜਕੀਆਂ 18-18 ਘੰਟੇ ਕੰਮ ਨਹੀਂ ਕਰ ਸਕਦੀਆਂ, ਇਸ ਕਰਕੇ ਇਹ, ਕਿਉਂਕਿ ਆਦੀ ਤਾਂ ਹੈ ਨਹੀਂ ਗਿਆ। ਜਿਹੜੇ ਏਜੰਟ ਇਹਨਾਂ ਨੇ ਕਹਿੰਦੇ ਨੇ ਕਿ ਏਜੰਟਾਂ 'ਚ ਵੀ ਜ਼ਿਆਦਾ ਲੇਡੀਜ਼ ਹੈਗੀਆਂ, ਜਿਹੜੀਆਂ ਸਾਡੇ ਆਹ ਤਰਨ ਤਾਰਨ ਪੱਟੀ ਸਾਈਡ ਚੱਲ ਜਾਓ, ਗੁਰਦਾਸਪੁਰ ਸਾਰਾ, ਇਹ ਬੈਲਟ ਜ਼ਿਆਦਾ ਹੈ, ਇਹਨਾਂ ਦੇ ਵਿੱਚ ਜਾ ਕੇ ਮੁਕਤਸਰ ਸਾਹਿਬ ਦੀਆਂ ਲੜਕੀਆਂ ਬਹੁਤ ਨੇ ਉੱਥੇ, ਮਤਲਬ ਲੇਡੀਜ਼ ਏਜੰਟ ਕੁੜੀਆਂ ਨੂੰ ਫਸਾਉਂਦੇ, ਏਜੰਟਸ ਜਾਂਦੀਆਂ ਨੇ ਉੱਥੇ ਜਾ ਕੇ, ਪੇਰੈਂਟਸ ਨੂੰ ਇਹ ਗੱਲ ਕਹਿੰਦੀਆਂ ਕਿ ਦੇਖੋ ਤੁਹਾਡੀ ਜਵਾਨ ਲੜਕੀ ਹੈ, ਪੜ੍ਹੀ ਲਿਖੀ ਹੈ, ਵੀ ਤੁਸੀਂ ਉਹਨੂੰ ਘਰ ਬਿਠਾਇਆ, ਘਰ ਦੀ ਤੁਹਾਡੀ ਹਾਲਤ ਕੀ ਹੈ, ਅਤੇ ਲਿਆਓ ਅਸੀਂ ਇਹਨੂੰ ਉੱਥੇ ਨਰਸਿੰਗ 'ਚ ਲੈ ਜਾਵਾਂਗੇ, ਜਾਂ ਉਹਨੂੰ ਟੀਚਿੰਗ ਲਾਈਨ 'ਚ ਰੱਖਾਂਗੇ, ਜਾਂ ਫਿਰ ਜਿਹੜੀਆਂ ਇੰਡੀਅਨ ਫੈਮਿਲੀਆਂ ਹੈਗੀਆਂ ਅਸੀਂ ਉੱਥੇ ਇਹਨਾਂ ਨੂੰ ਜੋਬ ਦੇਵਾਂਗੇ, ਹਾਊਸਮੇਟ ਦਾ ਕੰਮ ਕਰਨਗੀਆਂ, ਆਪਣੀ ਫੈਮਿਲੀ ਸੰਭਾਲਣਗੀਆਂ, ਉੱਥੇ ਉਹਨਾਂ ਦੇ ਬੱਚੇ, ਛੋਟੇ ਬੱਚੇ ਸੰਭਾਲਣਗੇ, ਜਾਂ ਕੋਈ ਦਾਲ ਫੁਲਕਾ ਬਣਾਤਾ ਵੀ, ਇਹ ਕੰਮ ਕਰਨਗੇ, ਅੱਛੀ ਤਨਖਾਹ ਮਿਲੇਗੀ। ਹੁਣ ਜਦੋਂ ਉਹ ਕਹਿੰਦੇ ਕਿ ਸਾਡੇ ਕੋਲ ਪੈਸੇ ਹੈ ਨਹੀਂ ਬੱਚੇ ਨੂੰ ਭੇਜਣ ਲਈ, ਉਹ ਕਹਿੰਦੇ ਕੋਈ ਗੱਲ ਨਹੀਂ, ਪੈਸੇ ਨਾ ਦਿਓ, ਅਸੀਂ ਤਨਖਾਹ 'ਚੋਂ ਕੱਟ ਲਾਂਗੇ। ਹੁਣ ਇਸ ਝਾਂਸੇ 'ਚ ਲਿਆ ਕੇ ਫਿਰ ਫੈਮਿਲੀ ਸੋਚਦੀ ਹੈ ਕਿ ਯਾਰ ਇੰਨੀ ਅੱਛੀ ਓਪਰਚੁਨਿਟੀ ਮਿਲ ਰਹੀ ਹੈ ਅਤੇ ਅਸੀਂ ਭੇਜ ਦਿੰਦੇ ਹਾਂ, ਉਹ ਕੁੜੀਆਂ ਵਿਚਾਰੀਆਂ ਭੇਜ ਦਿੰਦੇ ਆ। ਕੁੜੀਆਂ ਨੂੰ ਇਹ ਵੀਜ਼ਾ ਦਿੰਦੇ ਨੇ 2 ਹਫ਼ਤੇ ਦਾ, ਅਤੇ 2 ਹਫ਼ਤੇ ਦਾ ਵੀਜ਼ਾ ਜੈਨੂਨ ਹੁੰਦਾ, ਟ੍ਰਾਂਜ਼ਿਟ ਵੀਜ਼ਾ ਜਿਹਨੂੰ ਟੂਰਿਸਟ ਵੀਜ਼ਾ ਕਹਿੰਦੇ ਆ, ਉਹ ਹੁੰਦਾ, ਲੇਕਿਨ ਅਪੁਆਇੰਟਮੈਂਟ ਲੈਟਰ ਕੋਈ ਨਹੀਂ ਹੁੰਦਾ। ਉੱਥੇ ਜਾ ਕੇ 2 ਹਫ਼ਤੇ ਜਿਹੜਾ ਲੜਕੀਆਂ ਨੂੰ, ਜਿੱਦਾਂ ਹੁਣ ਕਮਰਾ ਦੇਖ ਰਹੇ ਨਾ ਜੀ, ਇਸ ਕਮਰੇ ਵਿੱਚ 10-10, 20-20 ਕੁੜੀਆਂ ਜਿਹੜੀਆਂ ਬੰਦ ਕੀਤੀਆਂ ਹੁੰਦੀਆਂ ਨੇ, 2 ਹਫ਼ਤੇ ਉੱਥੇ ਰੱਖਦੇ ਨੇ ਉਹਨਾਂ ਨੂੰ। 2 ਹਫ਼ਤੇ ਬਾਅਦ ਫਿਰ ਉਹਨੂੰ ਦੱਸਦਾ ਜਾਂਦਾ ਕਿ ਹੁਣ ਤੂੰ ਇਲੀਗਲ ਹੋ ਗਈ ਹੈ, ਹੁਣ ਤੂੰ ਬਾਹਰ ਜਾਏਂਗੀ ਤੈਨੂੰ ਪੁਲਿਸ ਫੜ ਲੇਗੀ। ਲੜਕੀ ਬੱਝ ਗਈ ਉੱਥੇ, ਪਾਸਪੋਰਟ ਏਜੰਟਾਂ ਦੇ ਕੋਲ ਨੇ, ਫਿਰ ਉਹਨਾਂ ਨੂੰ ਬਾਈ ਰੋਡ ਜਾ ਕੇ ਅਤੇ ਮਸਕਟ ਜਾਂ ਓਮਾਨ ਦੇ ਵਿੱਚ, ਉੱਥੇ ਜਾ ਕੇ ਲੜਕੀਆਂ ਜਿਹੜੀਆਂ ਅੱਗੇ ਸਪਲਾਈ ਕਰ ਦਿੱਤੀਆਂ ਜਾਂਦੀਆਂ ਨੇ। ਹੁਣ ਅੱਜ ਦੀ ਡੇਟ 'ਚ ਮੈਂ ਪਿੱਛੇ ਲਿਖ ਕੇ ਤਾਂ ਸੈਂਟਰ ਗਵਰਨਮੈਂਟ ਨੂੰ ਦਿੱਤਾ, ਮੇਰੀ ਪੀ ਐੱਮ ਸਾਹਿਬ ਨਾਲ ਮੇਰੀ ਮੀਟਿੰਗ ਵੀ ਹੋਈ ਹੈ ਇਹਦੇ ਮਾਮਲੇ ਵਿੱਚ ਹੀ, ਔਰ ਪੁਰੀ ਸਾਹਿਬ ਨੇ ਬੜਾ ਅੱਛਾ ਇਨਸੈਂਟਿਵ ਲਿਆ ਉਹਨਾਂ ਨੇ, ਉਹ ਸਾਰੇ ਪਾਸੇ ਇਹ ਗਏ ਹੋਏ, ਲੈਟਰ ਨਿਕਲ ਚੁੱਕੇ ਨੇ, ਨੱਠਭੱਜ ਸ਼ੁਰੂ ਹੋ ਚੁੱਕੀ ਹੋਈ ਹੈ, ਏਜੰਟਾਂ ਦੀ ਜਿਹੜੀ ਫੋਟੋ ਫਲਾਈ ਇਹ ਵੀ ਸ਼ੁਰੂ ਹੋ ਚੱਲੀ ਹੈ, ਹੋ ਗਈ ਹੋਈ ਹੈ ਤਕਰੀਬਨ ਇਹ। ਬਿਲਕੁਲ ਹਾਂ, ਮੈਂ ਦੇਖੀਆਂ ਨਿਊਜ਼ 1-2 ਦਿਨਾਂ ਹਫ਼ਤੇ ਤੋਂ ਆ ਰਹੀਆਂ, ਜਲੰਧਰ ਦੇ ਵਿੱਚ ਵੀ ਕਈ ਏਜੰਟ ਫੜੇ ਗਏ, ਏਜੰਟ ਫੜੇ ਗਏ। ਉਹ ਸਿਰਫ ਪਿੱਛੇ ਜਿਹੜੀ ਮੈਂ ਇੱਕ ਇੰਟਰਵਿਊ ਦਿੱਤੀ ਸੀ, ਨਾਲੇ ਇੱਕ ਆਰਟੀਕਲ ਆਇਆ ਸੀਗਾ, ਉਹ 'ਚ ਮੈਂ ਇਹੀ ਭੇਦ ਖੋਲੇ ਸੀ, ਟ੍ਰਿਬਿਊਨ 'ਚ ਬੜਾ ਵੱਡਾ ਆਰਟੀਕਲ ਸੀ ਮੇਰਾ ਇੱਕ, ਉਸ ਤੋਂ ਬਾਅਦ ਜਿਹੜਾ ਇਹ ਅਸਰ ਹੋਣਾ ਸ਼ੁਰੂ ਹੋਇਆ ਅਤੇ ਰਿਜ਼ਲਟ ਸਾਹਮਣੇ ਆ ਰਹੇ ਨੇ। ਬਾਕੀ ਇਸ ਟਾਈਮ 'ਤੇ ਮੇਰੇ ਹਿਸਾਬ ਨਾਲ ਕੋਈ 450 ਲੜਕੀ ਜਿਹੜੀ ਹੈ ਇਸ ਲਈ ਫਸੀ ਹੋਈ ਹੈ, ਕਿਉਂਕਿ ਮੈਂ ਤਾਂ ਉਸ ਲਈ ਆਉਂਦਾ ਜਿਸ ਲਈ ਮੇਰੇ ਫੋਨ 'ਤੇ ਤੁਸੀਂ ਤੁਹਾਨੂੰ ਸੁਣਾਵਾਂਗੇ, ਅਤੇ ਮੈਨੂੰ ਵੋਇਸ ਉਹਦੀ ਰਿਕਾਰਡਿੰਗ ਆਉਂਦੀ ਹੈ, ਰੋ ਰਹੀਆਂ ਨੇ ਵਿਚਾਰੀਆਂ, ਕਹਿੰਦੀਆਂ ਅੰਕਲ ਬਚਾ ਲਓ, ਅੰਕਲ ਸਾਡੇ ਇੱਦਾਂ, ਅੰਕਲ ਮੇਰਾ ਬੇਟਾ ਮਰ ਗਿਆ, ਪਿੱਛੋਂ ਬਿਮਾਰੀ ਸੀ, ਬਿਮਾਰ ਸੀ, ਠੀਕ ਦਵਾਈ ਨਹੀਂ ਮਿਲੀ ਉਹਨੂੰ, ਖਤਮ ਹੋ ਗਿਆ, ਮੇਰੀ ਮਾਂ ਮਰ ਗਈ, ਮੇਰਾ ਪਿਓ ਮਰ ਗਿਆ, ਪਰ ਉਹ ਸਾਲ ਸਾਲ ਦੀਆਂ ਉੱਥੇ ਬੈਠੀਆਂ ਹੋਈਆਂ ਨੇ, ਨਹੀਂ ਨਿਕਲ ਸਕਦੀਆਂ, ਰੋਂਦੀਆਂ ਨੇ ਵਿਚਾਰੀਆਂ। ਤਾਂ ਕੋਸ਼ਿਸ਼ ਸਾਡੀ ਜਾਰੀ ਹੈ, ਸਰਕਾਰ ਦੀ ਹੈਲਪ ਹੀ ਲੈ ਰਹੇ ਹਾਂ। ਮੈਂ ਤਾਂ ਇੱਕ ਤੋਂ ਪਿੱਛੋਂ ਮੈਂ ਪਿਛਲੇ 2 ਸਾਲ ਪਹਿਲਾਂ ਮੈਂ ਮਿਲਾ ਕੇ ਸਾਰੀਆਂ ਲੈ ਕੇ ਆਇਆ, ਕੋਈ 53-54 ਲੜਕੀਆਂ ਛੁਡਾ ਕੇ ਲੈ ਆਇਆ ਸੀ। ਹਾਂ, ਉੱਥੇ ਇੱਕ ਲੜਕੀ 'ਤੇ 2.5-3 ਲੱਖ ਰੁਪਏ ਦਾ ਖਰਚਾ ਹੁੰਦਾ, ਸਾਨੂੰ ਪੇ ਕਰਨੇ ਪੈਂਦੇ ਉੱਥੇ, ਉਹ ਪੇ ਕਰਕੇ ਅਤੇ ਫਿਰ ਉਹ ਪਾਸਪੋਰਟ ਲਵਾਂਗੇ ਅਤੇ ਫਿਰ ਉਹਨੂੰ ਇੱਥੇ ਲਿਆਂਦਾ। ਪਤਾ ਨਹੀਂ ਮੈਨੂੰ ਸਵਾਲ ਪੁੱਛਣਾ ਚਾਹੀਦਾ ਕਿ ਨਹੀਂ ਪੁੱਛਣਾ ਚਾਹੀਦਾ, ਪਰ ਮੇਰੇ ਮਨ 'ਚ ਆਇਆ, ਤੁਸੀਂ
ਕੋਈ ਵੀ ਸਰਕਾਰ ਹੋਵੇ ਨਾ, ਇਹਨਾਂ ਦੇ ਕੋਲ ਜਿੱਦਾਂ ਬਲੱਡ ਮਨੀ ਮੈਂ ਪੇ ਕਰਦਾ, ਜਿੱਦਾਂ ਹੁਣ ਫਾਂਸੀ ਦੀਆਂ ਸਜ਼ਾ ਮਾਫ ਕਰਾਈਆਂ ਸਾਰੀਆਂ ਨਾ, ਕਰੋੜਾਂ ਰੁਪਏ ਖਰਚੇ ਮੈਂ, ਹੁਣ ਉਹ ਜਿਹੜੇ ਕਰੋੜਾਂ ਰੁਪਏ ਬਲੱਡ ਮਨੀ ਦੇ ਨਾ, ਉਹ ਕੋਈ ਵੀ ਸਰਕਾਰ ਨਹੀਂ ਦੇ ਸਕਦੀ। ਅੱਛਾ ਜੀ। ਹਾਂ, ਦੇ ਹੀ ਨਹੀਂ ਸਕਦੀ ਉਹ। ਇਸੇ ਤਰ੍ਹਾਂ ਜਿਹੜਾ ਇਹ ਹੈਗਾ, ਹੁਣ ਜਿਹੜੀਆਂ ਲੜਕੀਆਂ ਫਸੀਆਂ ਹੋਈਆਂ, ਇਹਨਾਂ ਦੇ ਕੋਰਟ ਕੇਸਿਸ ਹੈਗੇ, ਇਹਨਾਂ ਦੇ ਫਾਈਨ ਲੱਗੇ ਹੋਏ ਆ। ਸੋ ਇਹ ਹੈ ਨਹੀਂ ਪ੍ਰੋਵੀਜ਼ਨ ਇਹੋ ਜਿਹੀ ਕੋਈ ਕਿ ਇੰਡੀਆ ਗੌਰਮੈਂਟ ਪੇ ਕਰੇ। ਸੋ ਇਹਦੇ ਲਈ ਮੈਂ ਇਹਨਾਂ ਨੂੰ ਔਫਰ ਦਿੱਤੀ ਸੀ, ਮੈਂ ਕਿਹਾ ਜਿੰਨੀਆਂ ਲੜਕੀਆਂ ਨੇ, ਇਹ ਤਾਂ ਮੇਰੇ ਖਿਆਲ 9-10 ਕਰੋੜ ਦਾ ਖਰਚਾ ਹੈ। ਅਗਰ ਅਸੀਂ ਸਾਰੀਆਂ ਲੜਕੀਆਂ ਨੂੰ ਲੈ ਆਉਂਦੇ ਨਾ ਜੀ, ਤਾਂ 9-10 ਕਰੋੜ ਦਾ ਖਰਚਾ ਹੈਗਾ। ਔਰ ਮੈਂ ਇਨਰਾਈਟਿੰਗ ਵੀ ਦਿੱਤਾ ਹੋਇਆ ਸੈਂਟਰ ਨੂੰ ਕਿ ਇਹ ਸਾਰਾ ਪੈਸਾ ਜਿਹੜਾ ਉਹ ਮੈਂ ਖਰਚਣ ਨੂੰ ਤਿਆਰ ਬੈਠਾ, ਮੈਨੂੰ ਸਿਰਫ ਤੁਹਾਡੀ ਸਪੋਰਟ ਚਾਹੀਦੀ ਹੈ। ਸਾਡੀਆਂ ਅੰਬੈਸੀਜ਼ ਹੈਗੀਆਂ, ਜਿਹੜੀਆਂ ਗੌਰਮੈਂਟ ਹੈ ਨਾ ਜੀ, ਗੌਰਮੈਂਟ ਦਾ ਕੀ ਸਪੋਰਟ ਮਿਲ ਜੇ, ਬਿਲਕੁਲ ਡਾਕੂਮੈਂਟੇਸ਼ਨ ਕਲੀਅਰ ਕਰਾ ਦੇਣ, ਅਥੋਰਿਟੀ ਮੈਨੂੰ ਦੇ ਦੇਣ ਵੀ ਠੀਕ ਹੈ, ਮੈਂ ਕੋਰਟ 'ਚ ਜਾ ਕੇ ਲੜ ਸਕਦਾ, ਉਹਨਾਂ ਦੇ ਕਲੀਅਰ ਕਰਾ ਸਕਦਾ। ਉਹ ਤਾਂ ਮੈਂ ਕਰ ਹੀ ਰਿਹਾ ਆਲਰੇਡੀ ਵੀ, ਜੇ ਨਹੀਂ ਕਹਿਣਗੇ ਤਾਂ ਵੀ ਮੈਂ ਕਰੀ ਜਾ ਰਿਹਾ, ਲੇਕਿਨ ਕਾਗਜ਼ੀ ਕਾਰਵਾਈ ਇਹ ਪੂਰੀ ਕਰਨ, ਅਤੇ ਕੋਈ ਮੁਸ਼ਕਲ ਕੰਮ ਨਹੀਂ ਹੈ ਕਿ ਅਸੀਂ ਲੜਕੀਆਂ ਨੂੰ ਲੈ ਆਈਏ। ਦੂਜਾ ਜਿਹੜਾ ਗੌਰਮੈਂਟ ਦਾ ਕੰਮ ਮੇਨ ਕੀ ਹੈ ਕਿ ਇਹਨਾਂ ਏਜੰਟਾਂ ਨੂੰ ਨੱਥ ਪਾਈ ਜਾਵੇ, ਇਹਨਾਂ ਨੂੰ ਰੋਕਿਆ ਜਾਵੇ। ਉਹਦੇ ਬੜੇ ਤਰੀਕੇ ਨੇ, ਮੈਂ ਸਮਝਾਏ ਵੀ ਹੈ, ਦੱਸੇ ਵੀ, ਅਸੀਂ ਕਾਫੀ ਡਿਸਕਸ ਕਰ ਚੁੱਕੇ ਹਾਂ ਅਸੀਂ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਰੋਕ ਸਕਦੇ ਹਾਂ। ਹੁਣ ਦੇਖੋ, ਮੈਂ ਉਸ ਦਿਨ ਆਰਟੀਕਲ ਸੀ ਮੇਰਾ, ਉਹ 'ਚ ਮੈਂ ਲਿਖਿਆ ਵੀ ਹੈ, ਮੈਂ ਕਿਹਾ ਹੁਣ ਇਮੀਗ੍ਰੇਸ਼ਨ ਆਫਿਸਰ ਹੈ, ਬੜੇ ਸਿਆਣੇ ਹੁੰਦੇ ਨੇ, ਇੰਟੈਲੀਜੈਂਟ ਹੈ, ਬੰਦੇ ਦੀ ਮਤਲਬ ਅੱਖ ਨਾਲ ਪਛਾਣ ਲੈਂਦੇ ਨੇ ਕਿ ਇਹ ਬੰਦਾ ਕੀ ਚੀਜ਼ ਹੈ। ਨਹੀਂ, ਹੁਣ ਇਹਨਾਂ ਕੋਲ ਇਹ ਨਹੀਂ ਪਛਾਣ ਹੁੰਦੀਆਂ, ਜਿਹੜੀਆਂ ਕੁੜੀਆਂ ਪਿੰਡਾਂ 'ਚੋਂ ਜਾ ਰਹੀਆਂ ਨੇ, ਜਿਨ੍ਹਾਂ ਦੇ ਨਾ ਤਾਂ ਚੱਜ ਦੇ ਕੱਪੜੇ ਪਾਏ ਹੋਏ ਉਹਨਾਂ ਦੇ, ਉਹਨਾਂ ਨੂੰ ਪੰਜਾਬੀ ਤੋਂ ਟੁੱਟੀ ਫੁੱਟੀ ਤੋਂ ਬਾਅਦ ਉਹਨੂੰ ਨਾ ਹਿੰਦੀ ਆਉਂਦੀ, ਨਾ ਪੜ੍ਹੀਆਂ ਲਿਖੀਆਂ ਨੇ, ਇੰਗਲਿਸ਼ ਤਾਂ ਆਉਂਦੀ ਹੋ ਨਹੀਂ ਹੈ। ਇੱਕ ਇਮੀਗ੍ਰੇਸ਼ਨ ਆਫਿਸ ਇੱਦਾਂ ਹੀ ਪੁੱਛ ਲਿਆ ਉਹਨੂੰ ਵੀ ਬੇਟਾ ਤੂੰ 2 ਹਫ਼ਤੇ ਲਈ ਜਾ ਰਹੀ ਹੈ, 10 ਦਿਨ ਲਈ ਜਾ ਰਹੀ ਹੈ, ਤੂੰ ਟੂਰਿਸਟ ਵੀਜ਼ੇ 'ਤੇ ਜਾ ਰਹੀ ਹੈ, ਘੁੰਮਣ ਫਿਰਨ ਜਾ ਰਹੀ ਹੈ ਨਾ, ਸੈਰ ਕਰਨ ਜਾ ਰਹੀ ਹੈ, ਦਿਖਾ ਤੇਰੇ ਕੋਲ ਪੈਸੇ ਕਿੰਨੇ ਹੈ, ਕਿਹੜੇ ਹੋਟਲ ਸਟੇਅ ਕਰੇਗੀ, ਕਿਹਦੇ ਕੋਲ ਰਹੇਗੀ, ਇਹ ਕੁਸ਼ਚਨ ਕਰ ਸਕਦੇ ਆ ਨਾ। ਇਹ ਕੁਸ਼ਚਨ ਕਰੋ, ਨਹੀਂ ਹੈ ਤਾਂ ਉਹ ਕੁੜੀ ਨੂੰ ਉੱਥੋਂ ਹੀ ਵਾਪਸ ਭੇਜੋ, ਬਿਲਕੁਲ ਉਹਨੂੰ ਅਲੋਈ ਨਾ ਕਰੋ ਜਾਣ ਦਾ। ਸੋ ਇਸ ਤਰੀਕੇ ਨਾਲ ਅਗਰ ਅਸੀਂ ਇਹਨੂੰ ਰੋਕ ਪਾਉਣੀ ਚਾਹੀਏ ਤਾਂ ਰੋਕ ਪੈ ਸਕਦੀ ਹੈ, ਕੋਈ ਕੰਮ ਮੁਸ਼ਕਲ ਨਹੀਂ ਹੈ। ਬਿਲਕੁਲ, ਮੇਰੇ ਭੁਗਤਾ ਕਿਤੇ ਨਾ ਕਿਤੇ। ਮੈਂ ਨਾ ਕਿਸੇ ਚੈਰੀਟੇਬਲ ਹੋਸਪਿਟਲ ਜਾਂਦੀ ਹਾਂ, ਕਾਫੀ ਨਾਮ ਸੁਣਿਆ ਹੋਇਆ ਉੱਥੋਂ ਦਾ। ਇੱਕ ਵਾਰੀ ਗਈ ਅਤੇ ਮੇਰੀ ਪਰਚੀ ਲੱਗੀ ਮੇਰੇ ਹਿਸਾਬ ਨਾਲ 20-30 ਰੁਪਏ, ਹੋ ਸਕਦਾ ਘੱਟ ਵੀ ਹੋਵੇ, ਉਸ ਤੋਂ ਵੱਧ ਨਹੀਂ ਸੀ। ਦੁਬਾਰਾ ਗਈ ਅਤੇ ਕਹਿੰਦੇ ਇੱਕ ਵਾਰੀ ਪਰਚੀ ਬਣੀ ਹੋਈ ਹੈ, ਠੀਕ ਹੈ। ਮੈਂ ਸੋਚਿਆ ਇਹ ਕਿੱਦਾਂ ਹੋ ਗਿਆ, ਜਲੰਧਰ ਦਾ ਹੋਸਪਿਟਲ ਹੋਵੇ, ਦੁਬਾਰਾ ਪਰਚੀ ਨਹੀਂ ਲੱਗੀ। ਜਦੋਂ ਮੈਂ ਉੱਥੇ ਪੜ੍ਹਿਆ, ਉੱਥੇ ਲਿਖਿਆ ਹੋਇਆ ਸਰਬੱਤ ਦਾ ਭਲਾ ਚੈਰੀਟੇਬਲ, ਬਹੁਤ ਵੱਡੇ ਪੱਧਰ 'ਤੇ ਤੁਸੀਂ ਮੈਡੀਕਲ ਸਹੂਲਤਾਂ ਲੋਕਾਂ ਨੂੰ ਦਿੱਤੀਆਂ, ਹੁਣ ਗਾਂ ਵੀ ਤੁਸੀਂ ਬਹੁਤ ਸਾਰੀਆਂ ਦੇ ਰਹੇ ਹੋ। ਸੋ ਇਹ ਤਾਂ ਕਹਿੰਦੇ ਨਾ, ਕਿਸੇ ਗਰੀਬ ਲਈ ਇਸ ਤੋਂ ਵੱਡੀ ਦੁਆ ਕਿ ਉਹਦੀ ਸਿਰਫ ਇੱਕੋ ਵਾਰੀ ਪਰਚੀ ਲੱਗਣੀ, ਜੇ ਤੁਸੀਂ ਉਸ ਕਲੀਨਿਕ ਦੇ ਵਿੱਚ ਜਾਂਦੇ ਹਾਂ ਦੁਬਾਰਾ ਦੁਬਾਰਾ ਪਰਚੀ ਨਹੀਂ ਲੱਗਣੀ, ਹੈ ਨਾ। ਜਿਹਦੀ ਦਿਹਾੜੀ ਦੀ ਮਤਲਬ ਕਿ ਕਹਿ ਲਓ ਨਾ, ਦਿਹਾੜੀ ਇੱਕ ਦਿਨ ਦੀ ਕਈਆਂ ਦੀ 500 ਆ, ਕਈਆਂ ਦੀ 450 ਆ, ਉਹਨੂੰ ਪੁੱਛ ਕੇ ਦੇਖੋ ਉਸ 20 ਰੁਪਏ ਦੀ ਕੀਮਤ ਕੀ ਹੁੰਦੀ ਆ। ਸੋ ਹੋਰ ਵੀ ਗਾਂ ਤੁਸੀਂ ਇੱਦਾਂ ਦੀਆਂ ਮੈਡੀਕਲ ਫੈਸਿਲਿਟੀਜ਼ ਲੈ ਕੇ ਆ ਰਹੇ ਹਾਂ ਜਿਹੜੀ ਉਮੀਦ ਦੀ ਕਿਰਨ ਬਣਨ ਲੋਕਾਂ ਲਈ। ਦੇਖੋ, ਅੱਜ ਜਿਹੜਾ ਸਾਡਾ ਜ਼ੋਰ ਲੱਗਿਆ ਹੋਇਆ ਉਹ ਹੈਗਾ ਲੈਬੋਰਟਰੀਜ਼ ਦੇ ਉੱਤੇ, ਜਿਹੜੇ ਸਾਰੇ ਟੈਸਟ ਹੁੰਦੇ ਨਾ, ਬਲੱਡ ਦੇ ਟੈਸਟ, ਸਾਰੇ ਟੈਸਟ, ਇਹਨਾਂ 'ਤੇ ਸਾਡਾ ਜ਼ੋਰ ਲੱਗਿਆ ਹੋਇਆ। ਇਹ ਜਦੋਂ ਮੈਂ ਦੇਖਿਆ ਸੀ ਨਾ ਪਿੰਡਾਂ ਦੇ ਵਿੱਚ ਕਿ ਇੱਕਦਮ ਇਹੀ ਖਬਰ ਆਉਂਦੀ ਕਿ ਇਹਨੂੰ ਹਾਰਟ ਅਟੈਕ ਹੋ ਗਿਆ, ਇਹਦੀ ਕਿਡਨੀ ਫੇਲ ਹੋ ਗਈ, ਬਲੱਡ ਕੈਂਸਰ ਹੈ ਜੀ, ਲਾਸਟ ਸਟੇਜ ਦੇ ਉੱਤੇ ਹੈ। ਹੁਣ ਕੋਈ ਵੀ ਬਿਮਾਰੀ ਜਿਹੜੀ ਹੈ ਇੱਕਦਮ ਤਾਂ ਲਾਸਟ ਸਟੇਜ 'ਤੇ ਨਹੀਂ ਬਣ ਜਾਂਦੀ ਰਾਤੋ ਰਾਤ, ਬਿਮਾਰੀ ਕਿੱਥੋਂ ਸ਼ੁਰੂ ਹੁੰਦੀ ਹੈ। ਅਗਰ ਉਹ ਡਾਇਗਨੋਸ ਸਹੀ ਟਾਈਮ 'ਤੇ ਹੋਏ ਤਾਂ ਉਹਦਾ ਟ੍ਰੀਟਮੈਂਟ ਹੈਗਾ, ਲੇਕਿਨ ਲੋਕ ਟੈਸਟ ਨਹੀਂ ਕਰਾਉਂਦੇ, ਟੈਸਟ ਮਹਿੰਗੇ ਬੜੇ ਆ, ਇਸ ਕਰਕੇ ਅਸੀਂ ਲੈਬੋਰਟਰੀਜ਼ ਖੋਲ੍ਹਣੀਆਂ ਸ਼ੁਰੂ ਕੀਤੀਆਂ। ਲੈਬੋਰਟਰੀ ਖੋਲ੍ਹਦਿਆਂ ਤਕਰੀਬਨ ਇਹ ਹੁਣ 31 ਦਸੰਬਰ ਤੱਕ ਸਾਡਾ ਟੀਚਾ ਪੂਰਾ ਹੋਣਾ, 100 ਲੈਬੋਰਟਰੀ ਸਾਡੀ ਖੁੱਲ੍ਹ ਜਾਣੀ ਹੈ। ਅੱਛਾ ਜੀ। ਐਸੇ 76-70 ਲੈਬੋਰਟਰੀ ਸਾਡੀ ਚੱਲ ਰਹੀਆਂ ਨੇ ਆਲਰੇਡੀ, ਅਤੇ ਇਹ 'ਚ ਅਸੀਂ ਪੰਜਾਬ ਕਵਰ ਕੀਤਾ, ਹਿਮਾਚਲ ਕੀਤਾ, ਹਰਿਆਣਾ ਕਵਰ ਕੀਤਾ, ਚੰਡੀਗੜ੍ਹ, ਦਿੱਲੀ, ਅਤੇ ਰਾਜਸਥਾਨ ਸਾਡੀ ਕਾਫੀ ਖੁੱਲ੍ਹ ਰਹੀਆਂ ਨੇ। ਅਤੇ ਕੱਲ੍ਹ ਵੀ ਮੈਂ ਜਾ ਰਿਹਾ, ਕੱਲ੍ਹ ਵਿਜੈਨਗਰ ਜਾਣਾ, ਸ਼੍ਰੀ ਵਿਜੈਨਗਰ ਕਹਿੰਦੇ ਉਹਨੂੰ, ਅਤੇ ਉਹ ਵੀ ਕਾਫੀ ਦੂਰ ਆ, ਉੱਥੋਂ ਉੱਥੇ ਵੀ ਲੈਬੋਰਟਰੀ ਖੋਲ੍ਹਣ ਜਾ ਰਹੇ ਹਾਂ। ਅਤੇ ਇਹ ਸਿਲਸਿਲਾ ਜਾਰੀ ਹੈ। ਰੇਟ ਸਾਡੇ ਦੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ, ਕੋਈ ਟੈਸਟ ਫਰੀ ਹੈ, ਕੋਈ 5 ਰੁਪਏ, ਕੋਈ 10 ਰੁਪਏ, ਕੋਈ 20 ਰੁਪਏ ਦੇ ਟੈਸਟ ਨੇ ਸਾਰੇ। ਮਤਲਬ ਕਿ ਇੱਕ ਸਾਡੇ 16-17 ਜਿਹੜੇ ਟੈਸਟ ਹੈ ਉਹਦਾ ਇੱਕ ਪੈਕੇਜ ਬਣਿਆ ਹੁੰਦਾ, ਜਿਹੜਾ ਮਾਰਕੀਟ ਤੁਹਾਨੂੰ 3-4 ਹਜ਼ਾਰ ਦਾ ਹੋਏਗਾ। ਸਾਡੇ ਕਿਸੇ ਵੀ ਲੈਬੋਰਟਰੀ ਜਾਓਗੇ ਤੁਹਾਨੂੰ ਉਹ 320 ਰੁਪਏ ਦਾ, ਉਹ 320 ਰੁਪਏ ਬੰਦਾ ਕੋਈ ਵੀ ਦੇ ਸਕਦਾ, ਫੁੱਲ ਬੋਡੀ ਦੇ ਟੈਸਟ ਹੋ ਜਾਂਦੇ ਨੇ। ਈ ਸੀ ਜੀ ਦੇਖੋ 200 ਰੁਪਏ ਲੱਗਦਾ ਬਾਹਰ, ਸਰਕਾਰੀ ਹੋਸਪਿਟਲ ਵਿੱਚ 66-70 ਰੁਪਏ ਹੋ ਗਏ ਹੁਣ ਸ਼ਾਇਦ, ਅਤੇ ਸਾਡੀਆਂ ਸਾਰੀਆਂ ਲੈਬੋਰਟਰੀਆਂ ਸਿਰਫ 20 ਰੁਪਏ 'ਚ ਈ ਸੀ ਜੀ ਹੁੰਦੀ ਹੈ। ਸੋ ਇਹ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਅਸੀਂ ਇਹ ਜਿਹੜੀਆਂ ਟੈਸਟ ਹੋ ਗਏ ਜਾਂ ਇਹੋ ਚੀਜ਼ਾਂ ਜਿਹੜੀਆਂ ਨਹੀਂ ਸੀ ਪੇਸ਼ੈਂਟ ਕਰਾ ਸਕਦੇ, ਆਪਾਂ ਉਹਨੂੰ ਬਹੁਤ ਹੀ ਘੱਟ ਰੇਟ 'ਤੇ ਦਈਏ। ਸੋ 10% 'ਤੇ ਅਸੀਂ ਕੰਮ ਕਰ ਰਹੇ ਹਾਂ। ਮੈਂ ਤਾਂ ਇਸ ਗੱਲ 'ਤੇ ਹੈਰਾਨ ਹੁੰਦਾ ਕਿ ਜਿਹੜਾ ਬਾਹਰ ਟੈਸਟ 100 ਰੁਪਏ ਦਾ, ਅਸੀਂ 10 ਰੁਪਏ 'ਚ ਕਰ ਰਹੇ ਹਾਂ, ਸਾਨੂੰ 10 ਰੁਪਏ 'ਚ ਨੁਕਸਾਨ ਨਹੀਂ ਹੈ। ਸਾਡੇ ਟੈਕਨੀਸ਼ੀਅਨ ਬੜੇ ਅੱਛੇ ਨੇ, ਵੈਲ ਕੁਆਲੀਫਾਈਡ ਹੈ, ਅੱਛੀਆਂ ਸੈਲਰੀਆਂ ਦੇ ਰਹੇ ਹਾਂ ਅਸੀਂ। ਸਰਬੱਤ ਦਾ ਭਲਾ ਲਿਖਿਆ ਦੇਖ ਕੇ ਯਕੀਨ ਬਣ ਜਾਂਦਾ। ਦੇਖੋ ਨਾ, ਅਸੀਂ 10% ਵਿੱਚ ਅਸੀਂ ਤਨਖਾਹਾਂ ਵਿੱਚ ਅੱਛੀਆਂ ਦੇ ਰਹੇ ਹਾਂ ਉਹਨਾਂ ਨੂੰ। ਹਾਂਜੀ।
अगर प्रॉफिट नहीं है तो लॉस भी नहीं है, तो जो 10 रुपये लगे लॉस नहीं है तो जो बंदा 100 रुपया ले रहा है तो देखो किन्ने परसेंट हो गया उसका प्रॉफिट। डॉक्टरों की तो एक दिन की पर्ची 250-250 रुपया 300-300 रुपए और उन्होंने गल भी नहीं सुननी, नीमी पा के घुग्गी मार देनी सिर्फ दवाई की कि उन्होंने मैडिकल स्टोर से जाके उधरों भी कमाई हो। साढ़े ना हूँ मान जी इदा है 6 प्रोजेक्ट में चुने हुए हैं जिहड़े असीं हुण ट्रायल देते शुरू कर दिते, साढ़े 7-8 साढ़े सेंटरां विच चालू कर दिते गए हैं जी, जिथे ज़्यादा CVA बंदा नहीं खर्च सकता, जिदा हुण डिजिटल एक्सरे है हाँ जी, हुण बाजारों तो 800-900 हज़ार रुपये लग जाता आराम नाल, आराम नाल असीं जिथे लाने 50 रुपये कर रहे हैं। अच्छा जी। दूसरा जो सब तो ज़्यादा साढ़े लेडीज़ दी आंदा ना जिदा अल्ट्रासाउंड है जिहड़ा हुण वो अल्ट्रासाउंड कितने 1200 कितने 1400 रुपये है हुण जिथे साढ़े असीं लगा सकते हैं असी लगा रहे हैं असी 5-6 लगाते ऑलरेडी 50 रुपये अल्ट्रासाउंड है बस कर रहे हो वाला। फिर असी किता डेंटल का देखिया हुण डेंटल क्लीनिक असी खोलने शुरू किए हैं भी 5-6 जगह साढ़े खुल चुके हैं तो वो उस भी बिल्कुल उही 15% से काम कर रहे हैं असी, जो तुहाड़ा बाहर 8,000-10,000 लग रहा है तो इतने 1500 रुपये लग रहा सारा। इस तरह फिजियोथेरेपी सेंटर भी खोलने शुरू किए नाल। सो ये असी जिते जगह मिल जाती है ना जिदा हुण सैक्टर 34 जब आप खोलिया गुरुद्वारा साहब चंडीगढ़ वो बड़ा अच्छा उन्होंने हॉस्पिटल बनाया हुआ खाली पिया से उत्थे असीं 4-5 जिहड़े चीज़ां शुरू कर दी गुरुद्वारा साहिब वाले तुहाडे नाल कोऑपरेट करना शुरू कर दिता उन्होंने इस मामले च। बिल्कुल देखो मैं श्रोमणी कमेटी नूं बड़ी वारी कह चुका पहला भी किया जदों बीबी सी बीबी जी नूं भी किया उस तो पहला लौंगोवाल साहब जगीर कौर जी नूं भी किया मैं रिक्वेस्ट लैटर दित्ती लौंगोवाल साहब नूं दित्ती तो जदों भी मैं किया भी आह 20 गुरुद्वारे हैगे आ जिहड़े मेन गुरुद्वारे ने साडे तो सानूं दिओ असीं उत्थे लैबोरेटरी खोलीए तुहाडीआं बिल्डिंगां खाली पईआं मैं कहा सारीआं ਤੁਹਾਡਾ ਕੀ ਜਾਣਾ ਤੁਸੀਂ ਦਿਓ ਬਿਲਡਿੰਗ ਕਮਰਾ ਖਾਲੀ ਪਿਆ ਸਾਨੂੰ ਦਿਓ ਅਸੀਂ ਲੈਬੋਰਟਰੀ ਖੋਲੀਏ ਨਾਲੇ ਗੁਰਦੁਆਰੇ ਦਾ ਹੋਏਗਾ ਕਿ ਅਸਲੀ ਕੰਮ ਕੀ ਹੈ ਗੁਰਦੁਆਰਿਆਂ ਦਾ ਇਹ ਨਹੀਂ ਇਕੱਲਾ ਕਿ ਪ੍ਰਸ਼ਾਦ ਇਹਨਾਂ ਨਾਲ ਦੇਤਾ ਜਾਂ ਤੁਸੀਂ ਲੰਗਰ ਛਕਾਤਾ ਬਸ ਇੱਥੇ ਖਤਮ ਨਹੀਂ ਹੁੰਦਾ ਕੰਮ ਇਨਸਾਨੀਅਤ ਦਾ ਸਹੀ ਇਹ ਹੈ ਗੁਰਦੁਆਰਿਆਂ ਦਾ ਕਿ ਅਸੀਂ ਉਹਨਾਂ ਨੂੰ ਐਜੂਕੇਸ਼ਨ 'ਚ ਬੱਚਿਆਂ ਦੇ ਕੰਪਿਊਟਰ ਸੈਂਟਰ ਖੋਲੀਏ ਸਿਲਾਈ ਸੈਂਟਰ ਜਿਹੜੇ ਖੋਲੇ ਆਪਾਂ ਆਲਰੇਡੀ ਬਿਲਕੁਲ ਸਾਡੇ ਚੱਲ ਰਹੇ ਲੇਕਿਨ ਅਸੀਂ ਬਾਹਰ ਕਿਰਾਏ 'ਤੇ ਜਗ੍ਹਾ ਲੈ ਕੇ ਖੋਲਦੇ ਹਾਂ ਕਿ ਉਹਨਾਂ ਗੁਰਦੁਆਰੇ ਵਿੱਚ ਖੋਲਿਆ ਜਾਵੇ ਨਾਲੇ ਗੁਰਦੁਆਰੇ ਸਾਹਿਬ ਦੇ ਵੀ ਹੋਵੇ ਵੀ ਹਾਂ ਯਾਰ ਦੇਖੋ ਇਹ ਐਜੂਕੇਸ਼ਨ ਵੀ ਕੰਮ ਕਰ ਰਹੇ ਨੇ ਇਹ ਹੈਲਥ ਵਿੱਚ ਵੀ ਕੰਮ ਕਰ ਰਹੇ ਆ ਲੈਬੋਰਟਰੀ ਖੋਲੋ ਕਿਉਂ ਨਹੀਂ ਖੁਲਾ ਰਹੇ ਸੀ। ਲੇਕਿਨ ਪਿਛਲੇ ਕੋਈ 7-8 ਮਹੀਨੇ ਤੋਂ ਇਹ ਟ੍ਰੈਂਡ ਚੇਂਜ ਹੋਇਆ ਥੋੜ੍ਹਾ ਜਿਹਾ ਜਿੱਥੇ ਅਸੀਂ ਗੁਰਦੁਆਰਿਆਂ ਨੂੰ ਜਾ ਕੇ ਕਹਿੰਦੇ ਸੀ ਮੇਰਾ ਕੀ ਮਤਲਬ ਸੀ ਗੁਰਦੁਆਰਿਆਂ ਨੂੰ ਕਹਿਣ ਦਾ ਕਿ ਮੇਰਾ ਬਿਜਲੀ ਪਾਣੀ ਬਚ ਜਾਵੇ ਮੇਰਾ ਕਿਰਾਇਆ ਬਚ ਜਾਵੇ ਕਿਉਂਕਿ ਜਿਹੜਾ ਮੈਂ ਇਹ ਚੀਜ਼ਾਂ ਦਾ ਮਹੀਨੇ ਦਾ 10-12 ਹਜ਼ਾਰ ਕਮਾਉਣਾ ਹੈ ਨਾ ਜੀ ਬਚਾਉਣਾ ਇੱਥੋਂ ਦੀ ਉਹ ਮੈਂ ਉਨੇ ਰੇਟ ਘੱਟ ਕਰ ਦੇਣੇ ਆ ਕਿਉਂਕਿ ਫਾਇਦਾ ਜਿਹੜਾ ਨਾ ਇਹ ਚੀਜ਼ਾਂ ਦਾ ਮੈਂ ਕਮਾਈ ਥੋੜ੍ਹੀ ਕਰਨੀ ਹੈ ਮੈਂ ਤਾਂ ਪੱਲਿਓਂ ਲਾ ਰਿਹਾ ਲੇਕਿਨ ਇਹ ਹੁੰਦਾ ਕਿ ਇਹ ਜਿਹੜਾ ਪੈਸਾ ਮੈਂ ਬਚਾਇਆ ਹੈਗਾ ਇਹ ਵੀ ਅਸੀਂ ਰੇਟ ਹੋਰ ਥੱਲੇ ਕਰ ਦਈਏ। ਹੁਣ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਜਿੱਦਣ ਮੈਂ ਪਹਿਲੀ ਲੈਬੋਰਟਰੀ ਖੋਲ੍ਹੀ ਜੀ ਪਟਿਆਲਾ ਖੋਲ੍ਹੀ ਅਤੇ ਸੰਗਰੂਰ ਸਾਡੀ 2 ਲੈਬੋਰਟਰੀਆਂ ਪਹਿਲਾਂ ਖੁੱਲ੍ਹੀਆਂ ਅਤੇ ਉਹਨਾਂ ਦਾ ਸਾਨੂੰ ਜਿਹੜਾ ਪ੍ਰੋਫਿਟ ਸੀ ਨਾ ਜੀ ਉਹ ਸਾਨੂੰ ਹੋ ਗਿਆ ਮਹੀਨੇ ਬਾਅਦ ਦੇਖਿਆ ਅਸੀਂ ਰੇਟ ਰੱਖੇ ਸੀ PGI ਦੇ ਅਤੇ ਉਹਦੇ ਨਾਲ ਸਾਨੂੰ ਕੋਈ 17,000 ਦਾ ਪ੍ਰੋਫਿਟ ਹੋ ਗਿਆ ਅਤੇ ਮੈਂ ਕਿਹਾ ਟੀਮ ਬੈਠੀ ਮੈਂ ਕਿਹਾ ਨਹੀਂ ਪ੍ਰੋਫਿਟ ਨਹੀਂ ਲੈਣਾ ਇਹਨੂੰ 17,000 ਨੂੰ ਮਰਜ ਕਰ ਦਿਓ ਰੇਟਾਂ ਦੇ ਵਿੱਚ ਸਾਡੇ ਰੇਟ ਕਾਫੀ ਘੱਟ ਗਏ। ਅਗਲਾ ਮਹੀਨਾ ਕੰਪਲੀਟ ਹੋਇਆ ਅਤੇ ਮੈਨੂੰ 52,000 ਦਾ ਪ੍ਰੋਫਿਟ ਫਿਰ ਆ ਗਿਆ ਮੈਂ ਕਿਹਾ ਇੱਥੇ ਰੇਟ ਘਟਾਏ ਸੀ ਫਿਰ ਇੰਨਾ ਮੈਂ ਕਿਹਾ ਨਹੀਂ ਪ੍ਰੋਫਿਟ ਨਹੀਂ ਲੈਣਾ ਅਸੀਂ ਉਹ 52,000 ਨੂੰ ਫਿਰ ਕਰਕੇ ਮਰਜ ਉਹਦੇ ਵਿੱਚ ਤਾਂ ਸਾਡੇ ਰੇਟ 10-11% ਆਏ ਉੱਥੇ ਵੀ ਟਿਕ ਗਿਆ ਉੱਥੇ ਨੋ ਪ੍ਰੋਫਿਟ ਨੋ ਲੋਸ ਦੇ ਉੱਤੇ ਆ। ਸੋ ਇਸ ਤਰੀਕੇ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜਾ ਇਸ ਤਰ੍ਹਾਂ ਪੈਸਾ ਅਸੀਂ ਬਚਾਉਂਦੇ ਹਾਂ ਨਾ ਜੀ ਉਹ ਪੇਸ਼ੈਂਟ ਦੀ ਜੇਬ 'ਚ ਜਾਵੇ। ਸਪਸ਼ਟ ਗੱਲ ਆ ਕਿ ਜੇ ਤੁਹਾਨੂੰ ਲੱਗਦਾ ਕਿ ਮੈਨੂੰ ਪ੍ਰੋਫਿਟ ਹੋਣ ਲੱਗਦਾ ਤਾਂ ਤੁਸੀਂ ਉਸ ਜਗ੍ਹਾ ਦੇ ਉੱਤੇ ਜਿਹੜੀ ਫੀਸ ਆ ਪੇਸ਼ੈਂਟ ਦੀ ਉਹ ਆਰਾਮ ਦੇ ਨਾਲ ਘਟਾ ਦਿੰਦੇ ਹੋ ਔਰ ਪੇਸ਼ੈਂਟ ਨੂੰ ਇੱਕ ਵਧੀਆ ਇਲਾਜ ਮਿਲਦਾ ਸਸਤਾ ਇਲਾਜ ਮਿਲਦਾ ਹੋਰ ਵੀ ਤੁਸੀਂ ਫੁੱਲ ਬੋਡੀ ਚੈੱਕਅਪ ਦੇ ਕਿੰਨੇ ਸਾਰੇ ਕੰਮ ਕਰ ਰਹੇ ਹੋ ਖਾਸ ਤੌਰ 'ਤੇ ਜਿੱਦਾਂ ਲੜਕੀਆਂ ਦੇ ਸਿਲਾਈ ਸੈਂਟਰ ਖੋਲ੍ਹਣੇ ਵਿਧਵਾ ਪੈਨਸ਼ਨਾਂ ਦੇਣੀਆਂ ਹਰ ਜਗ੍ਹਾ ਇਹਨਾਂ ਚੀਜ਼ਾਂ ਦਾ ਚਰਚਾ ਹੁੰਦੀ ਹੈ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਮਕਾਨ ਵੀ ਅਣਗਿਣਤ ਮਕਾਨ ਬਣਾ ਕੇ ਦਿੱਤੇ ਨੇ ਉਹ ਲੋਕ ਦੁਬਾਰਾ ਆ ਕੇ ਮਿਲਦੇ ਆ ਤੁਹਾਨੂੰ ਥੈਂਕਸ ਕਰਦੇ ਆ ਆਉਂਦੇ ਨੇ ਲੇਕਿਨ ਉਹ ਇਹੋ ਜਿਹੇ ਲੋਕ ਨੇ ਕਿਤੇ ਤੁਹਾਨੂੰ ਦਿਖਾਈਏ ਬਈ ਜਿਨ੍ਹਾਂ ਨੇ ਕਦੀ ਲਾਈਫ 'ਚ ਸੋਚਿਆ ਹੀ ਨਹੀਂ ਸੀਗਾ ਅਸੀਂ ਮਕਾਨ ਬਣਾ ਕੇ ਚਾਬੀਆਂ ਦਿੰਦੇ ਹਾਂ ਨਾ ਉਹਨਾਂ ਨੂੰ ਵੀ ਆਹ ਤੁਹਾਡਾ ਮਕਾਨ ਬਣ ਗਿਆ ਉਹ ਲੜਕੀਆਂ ਕਹਿੰਦੀਆਂ ਅੰਕਲ ਇਹ ਸਾਡਾ ਮਕਾਨ ਹੈ ਕਹਿੰਦੇ ਅੱਜ ਤੱਕ ਕਦੇ ਸੋਚਿਆ ਨਹੀਂ ਸੀ ਕਿ ਸਾਡੇ 'ਤੇ ਛੱਤ ਹੋਊਗੀ ਅਤੇ ਮਿਲ ਜਾਂਦਾ ਨੇ ਇੱਕ ਦੇ ਅਸੀਂ ਦਿਵਾਲੀ 'ਤੇ ਗੇਟ ਦਿੱਤਾ ਉੱਥੇ ਇੱਕ ਨਾ ਰੋਪੜ ਦੇ ਨਾਲ ਇੱਕ ਪਿੰਡ ਹੈ ਅਤੇ ਉਹ ਮੈਂ ਕਰ ਗਿਆ ਉਹਨਾਂ ਦੇ ਅਤੇ 3 ਲੜਕੀਆਂ ਇੱਕ ਲੜਕੀ 11ਵੀਂ ਪੜ੍ਹ ਰਹੀ ਸੀ ਇੱਕ 10ਵੀਂ ਇੱਕ 9ਵੀਂ ਇੱਦਾਂ ਸੀਗੀਆਂ ਲੇਕਿਨ ਉਹਨਾਂ ਦੇ ਘਰ ਦੇ ਵਿੱਚ ਮੈਂ ਦੇਖਿਆ ਨਾ ਬਿਜਲੀ ਨਾ ਪਾਣੀ ਗੁਆਂਢੀਆਂ ਹਾਂ ਗੁਆਂਢੀਆਂ ਜਾਂਦੇ ਆ ਅਤੇ ਉਹਨਾਂ ਦੇ ਘਰ ਕੁਛ ਨਹੀਂ ਸੀ ਘਰ ਕਿਰਾਏ 'ਤੇ ਸੀ ਲੇਕਿਨ ਉਹ ਕਿਰਾਇਆ ਨਹੀਂ ਸੀ ਲੈਂਦਾ ਜਿਹੜਾ ਮਾਲਕ ਸੀ ਉਹਦਾ ਅਤੇ ਇੱਕੋ ਹੀ ਕਮਰਾ ਸੀ ਉਹ ਲੇਡੀ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਤਾਂ ਉਹ ਲੇਡੀ ਨੇ ਉਹਨੂੰ ਕਹਿਤਾ ਕਿ ਇਹ ਘਰ ਖਾਲੀ ਕਰੋ ਵੀ ਅਸੀਂ ਵੇਚਣਾ ਅਤੇ ਜਿਹੜੇ ਹੱਥ ਦੇਖੇ ਅਤੇ ਮੈਂ ਅਤੇ ਉਹ ਲੇਡੀ ਨਾ ਉਹਦੇ ਪੈਰ ਕੱਟੇ ਹੋਏ ਨੇ ਅਤੇ ਹੈਂਡੀਕੈਪ ਹੈ ਔਰ ਲੇਕਿਨ ਝਾੜੂ ਫੇਰਦੀ ਹੈ ਸਕੂਲ ਦੇ ਵਿੱਚ ਅਤੇ ਉਹਨੂੰ ਮੇਰੇ ਖਿਆਲ 2,000 ਰੁਪਇਆ ਤਨਖਾਹ ਮਿਲਦੀ ਹੈ ਉਹ 3 ਬੱਚੇ ਪਾਲੇ ਉਹਨੇ ਅਤੇ
ਉਹ ਕੁਦਰਤੀ ਉਹ ਜਿਹੜੀ ਲੇਡੀ ਸੀ ਨਾ ਉਹ ਆ ਗਈ ਅਤੇ ਲੇਡੀ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਸਰਪੰਚ ਨੂੰ ਵੀ ਬੁਲਾ ਲਿਆ, ਮੈਂ ਕਿਹਾ ਜੀ ਤੁਸੀਂ ਇਹ ਮਕਾਨ, ਕਹਿੰਦੀ ਵੇਚਣਾ। ਮੈਂ ਕਿਹਾ ਕਿੰਨੇ ਦਾ ਵੇਚਣਾ? ਕੁਛ ਵੀ ਨਹੀਂ ਸੀ ਪੈਸਾ, ਮੈਂ ਕਿਹਾ 3-3.5 ਲੱਖ ਰੁਪਇਆ ਸੀਗਾ ਜਿਹੜਾ ਮੰਗਿਆ ਉਹਨੇ, ਅਤੇ ਮੈਂ ਉਸ ਵੇਲੇ ਚੈੱਕ ਕੱਢ ਕੇ ਉਹਦੇ ਹੱਥ ਫੜਾਇਆ। ਮੈਂ ਕਿਹਾ ਬੀਬੀ ਆਲਾ ਤੂੰ ਵੇਚਣਾ ਨਾ ਤਾਂ ਅਸੀਂ ਲੈ ਲਿਆ। ਉਹ ਮਕਾਨ ਲੈ ਕੇ ਨਾਲ ਹੀ ਰਜਿਸਟਰੀ ਕਰਾਈ, ਫਿਰ ਉਹਨੂੰ ਮੈਂ ਠੀਕ ਠੂਕ ਕਰਾ ਕੇ ਉੱਤੇ 2-2.5 ਲੱਖ ਰੁਪਇਆ ਹੋਰ ਲੱਗਿਆ ਹੋਣਾ। ਅਤੇ ਦੀਵਾਲੀ ਵਾਲੇ ਦਿਨ ਅਸੀਂ ਉਹਦੇ ਘਰ ਬੱਚੀਆਂ ਤਿੰਨੋਂ ਅਤੇ ਵਿਧਵਾ ਸੀ ਵਿਡੋ ਜਿਹੜੀ ਮਾਂ ਉਹਨਾਂ ਦੀ, ਅਤੇ ਅਸੀਂ ਦੀਵਾਲੀ ਵਾਲੇ ਦਿਨ ਜਾ ਕੇ ਮੈਂ ਖੁਦ ਗਿਆ, ਜਾ ਕੇ ਚਾਬੀਆਂ ਦਿੱਤੀਆਂ ਅਤੇ ਉਹਨਾਂ ਦੇ ਆਂਸੂ ਨਹੀਂ ਰੁਕੇ, ਸਾਰੇ ਰੋ ਰਹੇ ਸੀ ਬੱਚੇ। ਔਰ ਬੱਚੇ ਇਵਨ ਕਹਿਣ ਕਹਿੰਦੇ ਅੰਕਲ ਅਸੀਂ ਸੋਚਿਆ ਹੀ ਨਹੀਂ ਸੀ ਕਦੀ ਵੀ ਅਸੀਂ ਸਾਡਾ ਆਪਣਾ ਘਰ ਹੋਊਗਾ। ਕਿੰਨੀਆਂ ਦੁਆਵਾਂ ਇਸ ਤਰੀਕੇ ਨਾਲ ਘਰ ਸਾਡੇ ਤਕਰੀਬਨ ਅੱਜ ਵੀ ਦੇਖਿਆ ਜਾਏ ਤਾਂ ਹਰ ਮਹੀਨੇ ਸਾਡੇ 15-20 ਘਰ ਸਾਡੇ ਬਣਦੇ ਜਾਰੀ ਹੈ, ਕੰਮ ਇਹ ਚੱਲੀ ਜਾ ਰਿਹਾ। ਕਈ ਇਹ ਜਿਹੜੇ ਘਰ ਬਣਾਉਂਦੇ ਹੋ ਇਹ ਪੰਜਾਬ ਤੋਂ ਬਾਹਰ ਵੀ, ਜਿੱਦਾਂ ਬਾਕੀ ਸੇਵਾਵਾਂ ਪੰਜਾਬ ਤੋਂ ਬਾਹਰ ਦਿੰਦੇ ਆ, ਘਰਾਂ ਦੀਆਂ ਵੀ ਪੰਜਾਬ ਤੋਂ ਬਾਹਰ ਦਿੰਦੇ ਆ? ਹਾਂਜੀ, ਇੱਦਾਂ ਮੈਂ ਪਹਿਲਾਂ ਪੰਜਾਬ ਤੋਂ ਸ਼ੁਰੂ ਕਰਦਾ। ਅੱਛਾ ਜੀ। ਪੰਜਾਬ ਕਰਨ ਤੋਂ ਬਾਅਦ ਫਿਰ ਮੇਰੇ ਨਾਲ ਮੇਰੀਆਂ ਸਟੇਟਾਂ ਸਾਰੀਆਂ ਆਪਣੀਆਂ ਸੇਮ, ਸਰਬਤ ਦਾ ਭਲਾ, ਫਿਰ ਹਿਮਾਚਲ ਕਵਰ ਕਰਦੇ ਹਾਂ, ਹਰਿਆਣਾ ਕਵਰ ਕਰਦੇ ਹਾਂ। ਅੱਜ ਸਾਡੀਆਂ ਲੈਬੋਰਟਰੀਜ਼ ਜਿਹੜੀਆਂ ਨੇ ਸਾਰੇ ਪਾਸੇ ਖੁੱਲ੍ਹੀਆਂ ਹੋਈਆਂ। ਹਾਂਜੀ, ਉਹ ਤਾਂ ਇਸ ਤੋਂ ਪਹਿਲਾਂ ਜਿਹੜੇ ਡਾਇਲਸਿਸ ਸੈਂਟਰ ਅਸੀਂ ਖੋਲ੍ਹੇ ਸੀ ਕਿਡਨੀ ਦੇ ਪੇਸ਼ੈਂਟ ਵਾਸਤੇ, ਅੱਜ ਦੇਖੋ ਹਰ 25 ਕਿਲੋਮੀਟਰ 'ਤੇ ਸਾਡੇ ਯੂਨਿਟ ਲੱਗੇ ਹੋਏ ਨੇ। ਕਿੱਟਾਂ ਦੀ ਪ੍ਰੋਬਲਮ ਆ ਰਹੀ ਸੀ ਦੇਖੋ, ਕਿਉਂਕਿ ਗੌਰਮੈਂਟ ਦੀ ਵੀ ਕੁਛ ਬੰਦ ਹੋ ਗਈ, ਪਿੱਛੇ ਕਾਰਡ ਵਗੈਰਾ ਬੰਦ ਕੀਤੇ ਸੀ ਇਹਨਾਂ ਨੇ। ਅਤੇ ਕਿੱਟ ਦਾ ਕੀ ਹੁੰਦਾ ਕਿ ਉਹ 12-1300 ਦੀ ਕਿੱਟ ਆਉਂਦੀ ਹੈ, ਇੱਕ 3 ਵਾਰੀ ਡਾਇਲਸਿਸ ਹੁੰਦਾ ਉਹਦੇ ਨਾਲ, ਉਹ ਪੇਸ਼ੈਂਟ ਨੂੰ ਲਿਆਉਣੀ ਪੈਂਦੀ ਹੈ ਅਤੇ ਉਹ ਨਹੀਂ ਸੀ ਲਿਆ ਸਕਦੇ। ਮੈਂ ਫਿਰ 1 ਲੱਖ ਕਿੱਟ ਦਾ ਔਡਰ ਕੀਤਾ ਪਹਿਲਾਂ, 1 ਲੱਖ ਕਿੱਟ ਮੰਗਾਈ ਆਪਾਂ, ਵੰਡੀ ਸਾਰੀ ਫਰੀ ਸਾਡੇ ਸਾਰੇ ਦਫ਼ਤਰਾਂ ਦੇ ਵਿੱਚ, ਔਫਿਸ ਜਿੰਨੇ ਸਾਡੇ ਪੰਜਾਬ ਦੇ ਉਹਨਾਂ ਵਿੱਚ, ਸਾਡੀਆਂ ਲੈਬੋਰਟਰੀਆਂ ਵਿੱਚ ਕਿੱਟਾਂ ਪਈਆਂ ਹੋਈਆਂ। ਤੁਸੀਂ ਆਓ, ਜਿੰਨੇ ਵੀ ਆਉਣਾ ਨਾ ਦੱਸੋ ਵੀ ਮੈਂ ਡਾਇਲਸਿਸ ਕਰਾ ਰਹੀ ਹਾਂ ਇਸ ਹੋਸਪਿਟਲ 'ਚ ਅਤੇ ਮੇਰੇ ਕੋਲ ਪੈਸੇ ਨਹੀਂ ਹੈ ਕਿੱਟ ਵਾਸਤੇ। ਅਸੀਂ ਇੱਕ ਵਾਰੀ ਨਾਮ ਉਹਦਾ ਫੀਡ ਕਰਦੇ ਹਾਂ, ਉਹਨੂੰ ਕਹਿੰਦੇ ਆਲਾ ਬੀਬੀ ਕਿੱਟ ਲੈ ਜਾ ਅਤੇ ਹਰ ਵਾਰੀ ਕਿੱਟ ਉੱਥੋਂ ਲੈ ਜਾ ਕਰ। ਸੋ 1 ਲੱਖ ਕਿੱਟ ਵੰਡੀ, ਫਟਾਫਟ ਵੰਡੀ ਗਈ, ਹੁਣ 1 ਲੱਖ ਹੋਰ ਮੰਗਾਈ ਆ, ਉਹ ਵੀ ਲੱਗ ਰਹੀ ਹੈ। ਸੋ ਇਹ ਕਿੱਟਾਂ ਜਿਹੜੀ ਦਿੱਤੀਆਂ ਇਸੇ ਕਰਕੇ, ਇਹਦੇ ਨਾਲ ਜਿਹੜਾ ਡਾਇਲਸਿਸ ਸੈਂਟਰ ਸਾਡੇ ਚੱਲ ਰਹੇ ਨੇ ਨਾ ਜੀ, ਉੱਥੇ 650-600 ਰੁਪਏ ਲੱਗਦਾ ਸੀ, ਲੇਕਿਨ ਕਿੱਟ ਮਹਿੰਗੀ ਪੈਂਦੀ ਸੀ। ਹੁਣ ਕਿੱਟਾਂ ਫਰੀ ਕਰਨ ਦੇ ਨਾਲ ਸਾਡਾ ਉਹ ਰੇਟ ਜਿਹੜਾ 250-300-350 ਰੁਪਏ ਰਹਿ ਗਿਆ। ਬਹੁਤ ਅੱਛੀ ਮੈਨੇਜਮੈਂਟ ਆ ਤੁਹਾਡੀ, ਹੈ ਨਾ? ਉਹ ਟੀਮਾਂ ਅੱਛੀਆਂ ਨੇ ਸਾਡੀਆਂ। ਮੈਂ ਲੱਕੀ ਇਸ ਕਰਕੇ ਆਇਆ ਕਿ ਮੇਰੇ ਕੋਲ ਸਾਰੇ ਜਿੰਨੇ ਵੀ ਸਾਡੇ ਪ੍ਰੈਜ਼ੀਡੈਂਟ ਨੇ, ਜੋਨਲ ਪ੍ਰੈਜ਼ੀਡੈਂਟ ਹੋ ਗਏ ਸਾਡੇ, ਜਾਂ ਟੀਮਾਂ, ਇੰਨਾ ਬੰਦਾ ਸਾਡਾ 1300-1400 ਮੈਂਬਰ ਹੈ ਆਪਣਾ, ਉਹ ਸਾਰੇ ਤਨੋ ਮਨੋ ਸੇਵਾ ਕਰ ਰਹੇ ਆ। ਛੋਟੀਆਂ ਬੱਚੀਆਂ ਨੂੰ ਪੜ੍ਹਾਉਣੇ ਵੀ ਆ ਤੁਸੀਂ, ਜਿਨ੍ਹਾਂ ਨੂੰ ਫੀਸ ਨਹੀਂ ਦਿੱਤੀ ਜਾ ਸਕਦੀ? 1250 ਬੱਚਾ ਅਸੀਂ ਹਰ ਸਾਲ ਹਾਇਰ ਸਟੱਡੀ ਦਾ ਅਡੋਪਟ ਕਰਦੇ ਹਾਂ ਹਰ ਸਾਲ। ਹੁਣ ਤੱਕ ਅਸੀਂ 10,000 ਤੋਂ ਉੱਤੇ ਬੱਚਾ ਅਡੋਪਟ ਕਰ ਚੁੱਕੇ ਹੋਏ ਆ। ਅਤੇ ਇਸੇ ਤਰ੍ਹਾਂ ਵਿਡੋ ਪੈਨਸ਼ਨ ਜਿਹੜੀ ਹੈ ਸਾਡੀ, ਜਾਂ ਸਾਡੀ ਕਿਸਾਨੀ ਪੈਨਸ਼ਨ ਚੱਲ ਰਹੀ ਹੈ, ਜਾਂ ਸਾਡੇ ਜਿੰਨੇ ਸਾਡੇ ਸ਼ਹੀਦ ਹੁੰਦੇ ਨੇ ਉਹਨਾਂ ਸਾਰਿਆਂ ਦੀ ਫੈਮਿਲੀ ਨੂੰ, ਚਾਹੇ ਉਹ CRPF ਦੇ ਨੇ, ਚਾਹੇ BSF ਦੇ ਨੇ, ਚਾਹੇ ਆਰਮੀ ਦੇ ਨੇ, ਨਾ ਜੀ ਜਿੰਨੇ ਵੀ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਨੂੰ ਅਸੀਂ 10,000 ਰੁਪਏ ਪੈਨਸ਼ਨ ਜਿਹੜੀ ਲਗਾ ਦਿੰਦੇ ਹਾਂ। ਜੇ ਪੇਰੈਂਟਸ ਹੈਗੇ ਤਾਂ ਉਹਨਾਂ ਨੂੰ ਲੱਗ ਗਏ, ਜੇ ਉਹਦੀ ਵਾਈਫ ਜਿੰਦੀ ਹੈ ਅਤੇ ਫਿਰ 5,000 ਵਾਈਫ ਨੂੰ, 5,000 ਉਹਦੀ ਮਦਰ ਨੂੰ। ਸੋ ਇਸ ਤਰੀਕੇ ਨਾਲ ਡਿਵਾਈਡ ਕਰਕੇ ਸਾਡੇ ਸਾਰੀਆਂ ਸੇਵਾਵਾਂ ਇਸ ਤਰ੍ਹਾਂ ਚੱਲ ਰਹੀਆਂ ਨੇ। ਮੈਂ ਇਸ ਕਰਕੇ ਲੱਕੀ ਕਹਿੰਦਾ ਆਪਣੇ ਆਪ ਨੂੰ ਕਿ ਮੈਨੂੰ ਟੀਮਾਂ ਬਹੁਤ ਅੱਛੀਆਂ ਮਿਲੀਆਂ ਹੋਈਆਂ ਨੇ, ਔਰ ਕੋਈ ਬੰਦਾ ਸੈਲਰੀ ਪੇਡ ਨਹੀਂ ਹੈ। ਅੱਛਾ ਜੀ। ਸਭ ਬੰਦਾ ਆਪਣੀਆਂ ਗੱਡੀਆਂ ਤੋੜਦੇ ਨੇ ਜੀ, ਆਪਣੇ ਕੋਲੋਂ ਪੈਟਰੋਲ ਫੂਕਦੇ ਨੇ, ਕਿਸੇ ਨੇ ਅੱਜ ਤੱਕ ਪੈਸਾ ਨਾ ਦਿੱਤਾ ਅਤੇ ਨਾ ਲਿਆ। ਹਾਂਜੀ ਹਾਂਜੀ, ਦੱਸਿਆ ਸੀ ਤੁਸੀਂ ਮੈਨੂੰ, ਔਰ ਕਿ ਸਾਡੀ ਕੋਈ ਚੈੱਕ ਨਹੀਂ ਹੈਗਾ, ਕੋਈ ਅੱਜ ਤੱਕ ਕਹਿ ਨਹੀਂ ਸਕਦਾ ਸਰਬੱਤ ਦਾ ਭਲਾ ਨੇ, ਹੈ ਨਾ? ਸਾਡੀ ਕੋਈ ਰਸੀਦ ਬੁੱਕ ਨਹੀਂ ਹੈ ਸਾਡੀ, ਕੋਈ ਬੰਦਾ ਵਰਡ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਤੋਂ, ਜਾਂ ਮੈਂ ਪਰਸਨਲ ਜਾਂ ਮੇਰੇ ਕਿਸੇ ਮੈਂਬਰ ਨੇ ਕੋਈ ਕਿਤੋਂ ਲਿਆ ਹੋਵੇ, ਡੋਨੇਸ਼ਨ ਲਈ ਹੋਵੇ। ਇੱਕ ਤਾਂ ਨਾ ਮੈਂ ਇਹ ਸੋਚਦੀ ਹੁੰਦੀ ਹਾਂ ਕਿ ਇੰਨਾ ਯਾਦ ਕਿੱਦਾਂ ਰਹਿ ਜਾਂਦਾ ਇਹਨਾਂ ਨੂੰ, ਕਿ ਆਹ ਵੀ ਕੰਮ ਕਰਨਾ, ਉਹ ਵੀ ਕੰਮ ਕਰਨਾ, ਸਾਨੂੰ ਤਾਂ ਨਿੱਕੀ ਨਿੱਕੀ ਗੱਲ ਉਈ ਭੁੱਲ ਜਾਂਦੀ ਹੈ। ਸੋ ਇੱਕ ਮੁਕਾਮ ਆਉਂਦਾ ਜ਼ਿੰਦਗੀ ਦੇ ਵਿੱਚ ਜੋ ਮੈਨੂੰ ਲੱਗਦਾ ਜੇ 10 ਬੰਦੇ ਆ ਨਾ, ਅਤੇ 10 ਦੇ ਵਿੱਚੋਂ ਉਹ 2 ਨੂੰ ਨਸੀਬ ਮਸੀ ਹੁੰਦਾ ਕਿ ਬਈ ਵੱਡੇ ਪਰਦੇ 'ਤੇ ਹੁਣ ਉਹਦੀ ਜੀਵਨ ਦੀ ਕਹਾਣੀ ਦੱਸੀ ਜਾਣੀ ਆ, ਉਸ ਦੇ ਉੱਤੇ ਫਿਲਮ ਬਣਨੀ ਆ, ਔਰ ਇਹ ਤਾਂ ਹੁਣ ਤੁਸੀਂ ਮੇਰਾ ਇਸ਼ਾਰਾ ਸਮਝ ਹੀ ਗਏ, ਅੱਗੇ ਜਵਾਬ ਹੁਣ ਤੁਸੀਂ ਦੇਣਾ ਕਿ ਇਹ ਤਾਂ ਹੁਣ ਹਾਲਾਂਕਿ ਤੁਹਾਡੀ ਬਹੁਤ ਬਹੁਤ ਵੱਡੀ ਮਿਹਨਤ ਆ ਉੱਥੇ ਪਹੁੰਚਣ ਦੇ ਲਈ, ਆਪਾਂ ਤਾਂ ਲਾਗੇ ਛਾਗੇ ਵੀ ਨਹੀਂ ਹੈਗੇ, ਸਾਡੇ ਤਾਂ ਫਿਲਮ ਕਿਹਨੇ ਬਣਾਉਣੀ ਅਤੇ ਫਿਲਮ ਦੇਖਣ ਚੱਲ ਜੀ ਉਹੀ, ਇਹਦੇ ਬਾਰੇ ਹੁਣ ਆਪਾਂ ਕਰੀਏ ਗੱਲ। ਨਹੀਂ ਇਹ ਨਾ ਮੈਨੂੰ ਇਹਨਾਂ ਨੇ ਅਪਰੋਚ ਕੀਤਾ ਸੀ, ਮਹੇਸ਼ ਭੱਟ ਜੀ ਨੇ ਜੀ, ਤੋ ਫਿਰ ਇਹਨਾਂ ਆਪਣੀ ਟੀਮ ਭੇਜੀ ਸੀਗੀ ਅਤੇ ਇੱਥੇ ਸਾਰੀ ਰਿਕਾਰਡਿੰਗ ਵਗੈਰਾ ਹੋਈ, ਅਤੇ ਉਹ ਇਹਨਾਂ ਨੇ ਨਾ ਨੈੱਟਫਲਿਕਸ ਵਾਸਤੇ ਇੱਕ ਇਹਨਾਂ ਨੇ ਬਣਾਈ ਸੀਗੀ ਜੀ, ਅਤੇ ਉਹ ਡਾਕੂਮੈਂਟਰੀ ਹੈ ਉਹ ਬਣ ਚੁੱਕੀ, ਉਹ ਬਹੁਤ ਜਲਦੀ ਨੈੱਟਫਲਿਕਸ 'ਤੇ ਆ ਜਾਏਗੀ। ਲੇਕਿਨ ਇਸ ਤੋਂ ਇਲਾਵਾ ਜਿਹੜੀ ਵੱਡੇ ਪਰਦੇ ਦੀ ਗੱਲ ਕੀਤੀ ਨਾ ਜੀ, ਉਹ ਸਟੋਰੀ ਲਿਖੀ ਜਾ ਚੁੱਕੀ ਆ ਆਲਰੇਡੀ, ਅਤੇ ਇਹ ਬਸ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਫਾਈਨਲ ਹੋ ਜਾਏਗਾ ਕਿ ਹੀਰੋ ਕਿਹੜਾ ਹੈਗਾ। ਔਰ ਇਹ ਫਿਲਮ 200 ਕਰੋੜ ਦਾ ਇਹਦਾ ਬਜਟ ਹੈ, ਜਿਹੜਾ ਆਲਰੇਡੀ ਇਹਨਾਂ ਨੇ ਸਟੂਡੀਓ ਨੇ ਕਰਨਾ ਹੁੰਦਾ ਨਾ, ਇਹ ਸਾਰੇ ਪ੍ਰੋਡਿਊਸਰ ਡਾਇਰੈਕਟਰ ਸਾਹਿਬ ਮਿਲ ਕੇ, ਅਤੇ ਇਹਨਾਂ ਨੇ ਸਟੂਡੀਓ ਕਰ ਲਿਆ ਆਲਰੇਡੀ ਬੰਬੇ, ਸਾਡੀ ਮੀਟਿੰਗ ਵੀ ਹੋ ਚੁੱਕੀ ਹੈ। ਸੋ 200 ਕਰੋੜ ਦਾ ਬਜਟ ਹੈ ਔਰ ਇਹ 2 ਪਾਰਟ 'ਚ ਬਣ ਰਹੀ ਹੈ, ਕਿਉਂਕਿ ਉਹ ਸਟੋਰੀ ਥੋੜ੍ਹੀ
ਅਤੇ ਇਹਨਾਂ ਨੇ ਮੇਰੀ ਲਾਈਫ ਤੋਂ ਲੈ ਕੇ ਅਤੇ ਫਿਰ ਸਾਰਾ ਜਿਹਨਾਂ ਨੇ 17 ਬੰਦਿਆਂ ਦੀ ਫਾਂਸੀ ਮਾਫ਼ ਹੋਣੀ ਜਾਂ ਜੋ ਅਸੀਂ ਕੀਤੇ ਸਾਰੇ ਕੰਮ ਜਿਹੜੇ ਬਾਹਰ ਕਰ ਰਹੇ ਹਾਂ, ਸੋ ਇਹਨਾਂ ਨੂੰ ਲੈ ਕੇ ਇੱਕ ਫਿਲਮ ਜਿਹੜੀ ਕੀਤੀ ਹੈ ਉਹਨਾਂ ਨੇ। ਸੋ ਇਹ ਦੋ ਪਾਰਟ 'ਚ ਆ, ਪਾਰਟ 1 ਪਾਰਟ 2। ਸੋ ਪਹਿਲਾ ਜਿਹੜਾ ਪਾਰਟ ਹੈ ਮੇਰੇ ਖਿਆਲ ਅਗਲੇ ਸਾਲ ਆ ਜਾਏਗਾ, ਉਹ ਆਲਰੇਡੀ ਸਟਾਰਟ ਹੋ ਚੁੱਕਾ, ਸਟੋਰੀ ਸਾਰੀ ਦੋਨਾਂ ਪਾਰਟਾਂ ਦੀ ਲਿਖੀ ਜਾ ਚੁੱਕੀ ਹੈ। ਬਹੁਤ ਉਡੀਕ ਰਹੇਗੀ ਸਾਨੂੰ, ਹੈ ਨਾ, ਅਸੀਂ ਵੀ ਕਹਿ ਸਕਦੇ ਅਸੀਂ ਵੀ ਇਹਨਾਂ ਨੂੰ ਮਿਲੇ ਹੋਏ ਹਾਂ ਜਿਨ੍ਹਾਂ ਦੇ ਉੱਤੇ ਫਿਲਮ ਬਣ ਰਹੀ ਆ। ਤੁਹਾਡੀ ਐਨਰਜੀ ਦਾ ਰਾਜ, ਟੱਚਵੁੱਡ ਇੱਦਾਂ ਹੀ ਚਾਰਜ ਰਹੋ ਤੁਸੀਂ, ਬਟ ਫਿਰ ਵੀ ਇੰਨੀ ਐਨਰਜੀ ਦਾ ਰਾਜ। ਮੈਂ ਦੱਸਿਆ ਨਾ, ਦੇਖੋ ਹਰ ਇਨਸਾਨ ਨੂੰ ਕੋਈ ਨਾ ਕੋਈ ਨਸ਼ਾ ਹੁੰਦਾ, ਮੈਨੂੰ ਆਹੀ ਨਸ਼ਾ ਹੈ ਕਿ ਮੈਂ ਨੱਠ ਭੱਜ, ਹੁਣ ਅੱਜ ਮੇਰੇ 10 ਪ੍ਰੋਗਰਾਮ ਸੀਗੇ ਤੇ ਮੈਂ ਜਿਉਂ ਸਵੇਰ ਦਾ 6:45 ਦਾ, ਔਰ ਐਂਕਰਾਂ ਨੇ ਵੀ ਉਹੀ ਗੱਲਾਂ ਪੁੱਛੀ ਜਾਣੀਆਂ ਨਾ। ਸੋ ਐਨਰਜੀ ਹੈ, ਦੇਖੋ ਮੈਨੂੰ ਨੀਂਦ ਤੋਂ ਮੈਂ 4 ਘੰਟੇ ਸੌਂਦਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 18 ਘੰਟੇ ਮੇਰੀ ਵਰਕਿੰਗ ਹੈਗੀ ਅੱਜ ਵੀ, ਹਾਲਾਂਕਿ ਇੰਨੀ ਉਮਰ ਮੈਨੂੰ ਨਹੀਂ ਹੈ ਅਜੇ। ਸਰ ਇਸ਼ਾਰਾ ਕਰ ਰਹੇ ਕਿ ਮੈਂ ਹਲੇ ਬੁੱਢਾ ਨਹੀਂ ਹੋਇਆ। ਨਹੀਂ ਨਹੀਂ, ਮੈਂ ਬੁੱਢਾ ਹੋਣਾ ਵੀ ਨਹੀਂ ਹੈ, ਕਿਉਂ ਕਹੀ ਅਸੀਂ ਆਪਣੇ ਆਪ ਨੂੰ ਬੁੱਢਾ? ਮੈਂ ਤਾਂ ਤੁਹਾਨੂੰ ਇਹ ਕਹਿ ਰਹੀ ਹਾਂ, ਦਾੜੀ ਸਵੇਦ ਹੋਈ ਹੈ ਲੇਕਿਨ ਬੁੱਢੇ ਨਹੀਂ ਹੋਏ ਆਪਾਂ। ਐਨਰਜੀ ਲੈਵਲ ਉਹੀ ਅੱਜ ਤੱਕ, ਲੇਕਿਨ ਇਹ ਐਨਰਜੀ ਉੱਥੋਂ ਹੀ ਮਿਲਦੀ ਹੈ। ਦੇਖੋ ਜਿਸਲੇ ਕੋਈ ਡੈੱਡ ਬੋਡੀ ਲੈ ਕੇ ਆਉਂਦਾ ਮੈਂ, ਦੇਖੋ 320 ਡੈੱਡ ਬੋਡੀਆਂ ਆ ਚੁੱਕੀਆਂ ਹੁਣ ਤੱਕ, ਜਦੋਂ ਡੈੱਡ ਬੋਡੀ ਲਿਆ ਕੇ ਮੈਂ ਕਿਸੇ ਮਾਂ ਦੇ ਝੋਲੀ 'ਚ ਪਾਉਂਦੇ ਹਾਂ, ਚਾਹੇ ਚਲੋ ਜਿੰਦਾ ਨਹੀਂ ਲਿਆਏ ਲੇਕਿਨ ਅਸੀਂ ਡੈੱਡ ਬੋਡੀ ਲਿਆ ਕੇ ਅਤੇ ਉਹਨਾਂ ਨੇ ਆਪਣੇ ਹੱਥੀਂ ਸੰਸਕਾਰ ਕਰ ਲਿਆ, ਉੱਥੋਂ ਜੋ ਅਸੀਸਾਂ ਮਿਲਦੀਆਂ ਨਾ ਜੀ, ਉਹ ਮੇਰੀ ਐਨਰਜੀ ਹੈ। ਇਸੇ ਤਰ੍ਹਾਂ ਫਾਂਸੀਆਂ ਮਾਫ਼ ਹੁੰਦੀਆਂ ਨੇ, ਬੱਚੇ ਫਸੇ ਉੱਥੇ ਇੰਨੇ, ਜਿਹੜੇ ਬੱਚਿਆਂ ਨੂੰ ਛੁਡਾ ਕੇ ਲਿਆਉਂਦਾ, ਜਿੱਦਾਂ ਹੁਣ ਲੜਕੀਆਂ ਛੁਡਾ ਕੇ ਲਿਆਇਆ ਮੈਂ, ਕੁਛ 7-8 ਮਹੀਨੇ ਪਹਿਲਾਂ ਮੈਂ 13 ਲੜਕੀਆਂ ਲੈ ਕੇ ਆਇਆ ਇੱਥੇ ਅੰਮ੍ਰਿਤਸਰ, ਅਤੇ ਉਹ ਜਿਹੜੇ ਉਹਨਾਂ ਦੇ ਘਰਾਂ 'ਚ ਗਏ ਆ, ਦੇਖਿਆ ਹਾਲ, ਤੋਂ ਜਿਹੜੇ ਆਹ ਜਿਹੜੀਆਂ ਚੀਜ਼ਾਂ ਨਾ, ਆਹੀ ਐਨਰਜੀ ਪੈਦਾ ਕਰਦੀਆਂ ਕਿ ਯਾਰ ਆਹ ਕੀਤਾ, ਆਹ ਵੀ ਕਰਨਾ। ਹੁਣ ਦਿਮਾਗ 'ਚ ਮੇਰੇ ਫਤੂਰ ਚੱਲ ਰਿਹਾ ਨਾ, ਘੁੰਮ ਰਿਹਾ ਨਾ ਜੀ, ਕਿ 450 ਲੜਕੀ ਹੈ, 1200-1300 ਲੜਕੇ ਸਾਡੇ ਫਸੇ ਹੋਏ ਨੇ। ਹੁਣ ਮੇਰਾ ਪ੍ਰੋਜੈਕਟ ਇਹ ਹੈ ਕਿ ਮੈਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਪੈਸਾ ਖਰਚ ਕੇ ਪੱਲਿਓ, ਗੌਰਮੈਂਟ ਦੀ ਹੈਲਪ ਲੈ ਕੇ, ਅਤੇ ਇਹਨਾਂ ਨੂੰ ਮੈਂ ਕੱਢ ਕੇ ਲਿਆਵਾਂ। ਉਹ ਸਾਰੀਆਂ ਪੰਜਾਬ ਦੀਆਂ ਨਹੀਂ ਹੈ, ਇੰਡੀਆ ਦੇ ਨੇ ਸਾਰੇ, ਲੇਕਿਨ ਮੇਰੇ ਲਈ ਉਹੀ ਗੱਲ ਕਿ ਸਾਰਾ ਕੁਝ ਬਰਾਬਰ ਹੈਗਾ। ਬਿਲਕੁਲ, ਤੁਹਾਡੀ ਐਨਰਜੀ ਨੂੰ, ਤੁਹਾਡੇ ਕੰਮ ਨੂੰ, ਹੈ ਨਾ, ਮਤਲਬ ਤੁਹਾਨੂੰ ਤਾਂ ਪ੍ਰਣਾਮ ਆ ਤੈਅ ਦਿਲੋਂ, ਕਿਉਂਕਿ ਬਹੁਤ ਨਸੀਬਾਂ ਵਾਲੇ ਹੋਣਗੇ ਜਿਹੜੇ ਤੁਹਾਡੇ ਨਾਲ ਬੈਠ ਕੇ ਗੱਲ ਵੀ ਕਰਦੇ ਹੋਣਗੇ, ਕਿਉਂਕਿ ਮੈਨੂੰ ਤਾਂ ਲੱਗਦਾ ਵੱਡੇ ਪਰਦੇ 'ਤੇ ਦਿਖਾਏ ਜਾਣ ਵਾਲੇ ਹੀਰੋ ਨਕਲੀ ਹੁੰਦੇ ਆ, ਤੁਹਾਡੇ ਵਰਗੇ ਜਿਹੜੇ ਸੱਜਣ ਹੁੰਦੇ ਆ ਉਹ ਅਸਲੀ ਹੀਰੋ ਹੁੰਦੇ ਆ। ਸੋ ਤੁਸੀਂ ਸਾਡੇ ਵਰਗਿਆਂ ਨੂੰ ਵੀ ਆਸ਼ੀਰਵਾਦ ਦਿਓ, ਅਸੀਂ ਵੀ ਜ਼ਿੰਦਗੀ ਦੇ, ਹੈ ਨਾ, ਚੰਗੇ ਕੰਮ ਕਰਨੇ ਗਿੱਝੀਏ ਸਿੱਖੀਏ। ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਸ਼ੁਕਰੀਆ। ਕੋਈ ਖਾਸ ਗੱਲ ਜਿਹੜੀ ਜਾਂਦੇ ਹੋਏ ਤੁਸੀਂ ਕਰਨਾ ਚਾਹੋ? ਨਹੀਂ, ਬਸ ਖਾਸ ਤਾਂ ਇਹੀ ਹੈ, ਮੈਂ ਅੱਗੇ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਆਪਣੀ ਨੇਕ ਕਮਾਈ 'ਚੋਂ ਕੁਛ ਨਾ ਕੁਛ ਜ਼ਰੂਰ ਕੱਢੋ। ਗੁਰੂ ਸਾਹਿਬ ਨੇ ਕਿਹਾ ਸੀ ਦਸਵੰਧ ਕੱਢੋ, ਤੁਸੀਂ ਦਸਵੰਧ ਨਹੀਂ ਕੱਢ ਸਕਦੇ, ਚਲੋ 1-2% ਹੀ ਕੱਢੋ। ਦਸਵੰਧ ਕੱਢਣ ਦਾ ਮਤਲਬ ਹੀ ਇਹ ਸੀ, ਗੁਰੂ ਸਾਹਿਬ ਦਾ ਇਹੀ ਸੀ ਕਿ ਜਿਹੜਾ ਤੁਹਾਡਾ ਦਸਵੰਧ ਹੈ ਨਾ ਜੀ, ਇਹ ਕਿਸੇ ਭੁੱਖੇ ਦੇ ਮੂੰਹ 'ਚ ਰੋਟੀ ਪਾਵੇ। ਜਿਹੜਾ ਬੰਦਾ ਪੜ੍ਹ ਨਹੀਂ ਸਕਦਾ, ਪੇਰੈਂਟਸ ਪੜ੍ਹਾ ਨਹੀਂ ਸਕਦੇ, ਉਹਨੂੰ ਫੀਸ ਦੀ ਸ਼ੇਪ ਦੇ ਵਿੱਚ ਤੁਹਾਡਾ ਦਸਵੰਧ ਉੱਧਰ ਲੱਗਣਾ ਚਾਹੀਦਾ। ਜਿਹਨੂੰ ਦਵਾਈ ਦੇਣੀ ਉਹਦੇ ਮੂੰਹ 'ਚ ਦਵਾਈ ਪੈ ਜਾਏ। ਸੋ ਕੁਛ ਨਾ ਕੁਛ ਆਪਣੀ ਕਮਾਈ 'ਚੋਂ ਜ਼ਰੂਰ ਕੱਢੋ, ਜਿੰਨੇ ਕੱਢ ਸਕਦੇ ਹੋ ਆਸਾਨੀ ਨਾਲ। ਲੇਕਿਨ ਦੂਸਰਾ ਇਹ ਵੀ ਨਾਲ ਕਹਿੰਦਾ ਹੁੰਦਾ ਕਿ ਪੈਸਾ ਕੱਢ ਕੇ ਤੁਸੀਂ ਕਿਸੇ ਨੂੰ ਦਿਓ ਨਾ, ਦਾਨ ਪੁੰਨ ਜਿਹੜਾ ਨਾ ਜੇ ਉਹ ਆਪਣੇ ਹੱਥੀਂ ਕਰੋ ਔਰ ਅੱਖਾਂ ਖੋਲ੍ਹ ਕੇ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਚਾਹੇ 10 ਰੁਪਏ ਤੁਸੀਂ ਖਰਚੇ ਨਾ, ਇਹ 10 ਰੁਪਏ ਤੁਹਾਡੇ ਕਿੱਥੇ ਲੱਗੇ ਆ? ਬਹੁਤ ਖੂਬ। ਤੁਸੀਂ ਕਿਸੇ ਨੂੰ ਦਵਾਈ ਲੈ ਦੋਗੇ ਨਾ ਜੀ, ਤੁਹਾਨੂੰ ਪਤਾ ਦੇਖੋ ਮੈਂ ਦਵਾਈ ਲੈ ਕੇ ਦਿੱਤੀ ਹੈ, ਬੱਚਾ ਠੀਕ ਹੋਇਆ, ਬਸ ਉਹ ਤੁਹਾਡੇ 10 ਰੁਪਏ ਜਿਹੜੇ ਉਹ ਪਤਾ ਲੱਖਾਂ ਦੇ ਬਰਾਬਰ ਹੈ। ਦਾਨ ਜਦੋਂ ਨਾ ਕਈ ਕਹਿੰਦੇ ਮੈਨੂੰ ਤਾਂ ਤੁਸੀਂ ਤਾਂ ਕਰੋੜਾਂ ਖਰਚਦੇ ਹੋ ਜੀ, ਅਸੀਂ ਤਾਂ ਬਹੁਤ ਛੋਟਾ ਜਿਹਾ, ਛੋਟਾ ਨਹੀਂ ਹੁੰਦਾ ਦਾਨ। ਦਾਨ ਤਾਂ 100 ਰੁਪਏ ਦੀ ਵੀ ਉਨੀ ਵੈਲਿਊ। ਹੁਣ ਤੁਸੀਂ ਦੇਖੋ ਕੋਈ ਇਨਸਾਨ 1000 ਰੁਪਏ ਤਨਖਾਹ ਲੈ ਰਿਹਾ, ਅਗਰ ਉਹ 50 ਰੁਪਏ ਕੱਢ ਦਿੰਦਾ ਤਾਂ ਉਹ ਲੱਖਾਂ ਦੇ ਬਰਾਬਰ ਹੈ। ਬਿਲਕੁਲ, ਬਹੁਤ ਖੂਬ। ਸੋ ਆਪਾਂ ਵੈਲਿਊ ਵੱਲ ਜਾਈਏ ਕਿ ਬੰਦੇ ਦੀ ਭਾਵਨਾ ਤਾਂ ਹੈ ਨਾ, ਦਿਲੋਂ ਕਰ ਰਿਹਾ ਔਰ ਦਿਲੋਂ ਸੇਵਾ ਕਰ ਰਿਹਾ। ਸੋ ਦਾਨਪੁਰ ਜ਼ਰੂਰ ਕੱਢੋ, ਦਸਵੰਧ ਆਪਣਾ ਕੱਢੋ, ਕੱਢ ਕੇ ਆਪਣੇ ਹੱਥੀਂ ਅੱਖਾਂ ਖੋਲ੍ਹ ਕੇ ਲਾਓ, ਤੁਹਾਨੂੰ ਪਤਾ ਹੋਵੇ ਕਿ ਇਹ ਪੈਸਾ ਕਿੱਥੇ ਜਾ ਰਿਹਾ। ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਹਾਡਾ। ਇੱਕ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਵਰੁਣ ਕੌਰ ਮਾਨ ਨੂੰ ਦੇ ਦਿਓ ਆਗਿਆ ਜੀ। ਸਤਿ ਸ਼੍ਰੀ ਅਕਾਲ, ਸ਼ੁਕਰੀਆ।